ਦੋਸਤੋ ਮੈਂ ਹਾਂ ਜਸਮੀਤ, ਸੁਣ ਰਹੇ ਹੋ ਤੁਸੀਂ 87.8 ਰੇਡੀਓ ਸਾਡੇ ਵਾਲਾ, ਔਰ ਹੁਣੇ ਤੁਸੀਂ ਸੁਣੀਆਂ ਨੇ ਨਿਊਜ਼ੀਲੈਂਡ ਦੀਆਂ ਖਬਰਾਂ ਔਰ ਆਪਣੀ ਵਤਨ ਆਪਣੀ ਮਿੱਟੀ ਦੀਆਂ ਖਬਰਾਂ, ਪੰਜਾਬ ਦੀਆਂ ਖਬਰਾਂ। ਹੁਣ ਸਮਾਂ ਹੋ ਗਿਆ, ਅਸੀਂ ਸਾਡੇ ਨਾਲ ਜੁੜ ਚੁੱਕੇ ਨੇ ਨਵਜੋਤ ਭਾਜੀ, ਨਵਜੋਤ ਸਿੰਘ ਸਿੱਧੂ, ਜਿਹੜੇ ਕਿ ਇੱਕ ਮੈਂਬਰ ਹੈਗੇ ਨੇ ਇੱਕ ਐਸੀ ਆਰਗੇਨਾਈਜੇਸ਼ਨ ਦੇ ਜਿਹਦਾ ਨਾਂ ਹੈ ਸਰਵ ਹਿਊਮੈਨਿਟੀ ਸਰਵ ਗੋਡ ਸਰਬੱਤ ਦਾ ਭਲਾ। ਇਹ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਲੋੜਵੰਦ ਲੋਕਾਂ ਦੀ ਮਦਦ ਕਰਦੀ ਹੈ, ਔਰ ਇਹ ਕਿਵੇਂ ਕਰਦੀ ਹੈ ਇਸ ਆਰਗੇਨਾਈਜੇਸ਼ਨ ਦੇ ਬਾਰੇ ਅਸੀਂ ਉਹਨਾਂ ਨਾਲ ਗੱਲਾਂ ਸਾਂਝੀਆਂ ਕਰਾਂਗੇ। ਸਤਿ ਸ੍ਰੀ ਅਕਾਲ ਨਵਜੋਤ ਜੀ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ, ਧੰਨਵਾਦ ਭਾਜੀ, ਬਹੁਤ ਜ਼ਿਆਦਾ ਧੰਨਵਾਦ ਤੁਸੀਂ ਮੈਨੂੰ ਆ ਮੌਕਾ ਦਿੱਤਾ ਵੀ ਮੈਂ ਇੱਥੇ ਨਿਊਜ਼ੀਲੈਂਡ ਵਿੱਚ ਆਇਆ ਹੋਣ ਦੇ ਬਾਵਜੂਦ ਇੱਥੇ ਮੈਨੂੰ ਆ ਸੀਗਾ ਵੀ ਜਿੰਨੀ ਆਪਣੀ ਆਵਾਮ ਇੱਥੇ ਰਹਿੰਦੀ ਹੈ ਉਹਨਾਂ ਵਿੱਚ ਵੀ ਅਸੀਂ ਇੱਕ ਸੰਦੇਸ਼ ਪਹੁੰਚਾਈਏ ਵੀ ਇੰਡੀਆ ਦੇ ਵਿੱਚ ਇੱਕ ਚੰਡੀਗੜ੍ਹ ਬੇਸਡ ਇੱਕ ਆਰਗੇਨਾਈਜੇਸ਼ਨ ਚੱਲੀ ਸੀਗੀ ਤੇ ਉਹ ਕੀ ਕਰ ਰਹੀ ਹੈ, ਮੈਂ ਆਪਣਾ ਇੱਕ ਸੁਨੇਹਾ ਦੇਣਾ ਚਾਹੁੰਦਾ ਸੀ ਆਪਣੇ ਪੰਜਾਬੀਆਂ ਦੇ ਵਿੱਚ ਇੱਥੇ। ਬਿਲਕੁਲ ਜੀ, ਬਿਲਕੁਲ। ਇਹ ਜਿਹੜਾ ਪੋਰਟਲ ਹੈਗਾ ਸਾਡੇ ਵਾਲਾ ਰੇਡੀਓ, ਬੇਸਿਕਲੀ ਇਸ ਸਾਡੀ ਇਸ ਰੇਡੀਓ ਦੀ ਥੀਮ ਹੈਗੀ ਹੈ ਕਿ ਨਾ ਤੇਰੇ ਵਾਲਾ ਨਾ ਮੇਰੇ ਵਾਲਾ, ਹੈ ਸਾਡੇ ਵਾਲਾ। ਸੋ ਬਿਲਕੁਲ ਜੀ, ਤੁਸੀਂ ਜੋ ਇੱਕ ਬਹੁਤ ਅੱਛਾ ਕਾਰਜ ਕਰ ਰਹੇ ਹੋ, ਤੁਸੀਂ ਇੱਕ ਐਸੀ ਮਤਲਬ ਹਿੰਮਤ, ਇਸ ਹਿੰਮਤ ਹੈਗੀ ਹੈ ਕਿ ਇੱਕ ਲੋੜਵੰਦ ਲੋਕਾਂ ਦੀ ਮਦਦ ਕਰਨੀ ਹੈ, ਬਹੁਤ ਵੱਡਾ ਉਤਸ਼ਾਹ ਹੈ ਤੁਹਾਡਾ, ਬਹੁਤ ਅੱਛਾ ਲੱਗਿਆ ਸਾਨੂੰ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਆਵਾਜ਼ ਨੂੰ ਸਾਰਿਆਂ ਤੱਕ ਪਹੁੰਚਾਈਏ, ਔਰ ਜੋ ਅਸੀਂ ਰੇਡੀਓ ਰਾਹੀਂ ਕਰ ਸਕਦੇ ਹਾਂ ਕਿ ਬਈ ਜਿਹੜੇ ਵੀ ਸਰੋਤੇ ਦਸਵੰਦ ਆਪਣਾ ਕੱਢਣਾ ਚਾਹ ਰਹੇ ਨੇ ਔਰ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਚਾਹ ਰਹੇ ਨੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਇੱਕ ਜ਼ਰੀਆ ਬਣ ਸਕੋ ਔਰ ਉਹ ਆਪਣਾ ਦਸਵੰਦ ਪਹੁੰਚਾ ਸਕਣ। ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਨਾਲ ਇਹ ਹੈਗਾ ਜੀ ਕਿ ਸਰਵ ਹਿਊਮੈਨਿਟੀ ਸਰਵ ਗੋਡ ਸਰਬੱਤ ਦਾ ਭਲਾ, ਤੁਸੀਂ ਇਹ ਨਾਂ ਆਪਣੀ ਇਸ ਆਰਗੇਨਾਈਜੇਸ਼ਨ ਦਾ ਰੱਖਿਆ, ਇਸ ਆਰਗੇਨਾਈਜੇਸ਼ਨ ਦਾ ਮੋਟੋ ਕੀ ਹੈ, ਕੀ ਇਹ ਆਰਗੇਨਾਈਜੇਸ਼ਨ ਕਰਦੀ ਹੈ? ਭਾਜੀ ਬੇਸਿਕਲੀ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹਾਂਗਾ ਬਈ ਇਹ ਮਨ ਚ ਖਿਆਲ ਆਇਆ ਕਿੱਥੋਂ ਜੀ, ਕਿਉਂਕਿ ਮੇਰੇ ਹਿਸਾਬ ਨਾਲ ਆਪਾਂ ਹਮ ਉਮਰ ਹੈਗੇ ਹਾਂ, ਅਸੀਂ ਆਪਣੇ ਕਾਰੋਬਾਰਾਂ ਚ ਬਿਜ਼ੀ ਸੀਗੇ, ਪਰ ਇੱਕ ਦਿਲ ਦੇ ਵਿੱਚ ਚਾਹਨਾ ਸੀਗੀ ਸ਼ੁਰੂ ਤੋਂ, ਜਿਵੇਂ ਘਰ ਚ ਪਰਵਰਿਸ਼ ਹੁੰਦੀ ਹੈ, ਆਪਣਾ ਸਰਕਲ ਏਦਾਂ ਦਾ ਹੁੰਦਾ, ਉਹਦੀ ਛਾਪ ਸਾਰੀ ਜ਼ਿੰਦਗੀ ਬੰਦੇ ਦੇ ਉੱਤੇ ਰਹਿੰਦੀ ਹੈ। ਅਸੀਂ ਆਪਣੇ ਤਰੀਕੇ ਨਾਲ ਕੋਈ ਨਾ ਕੋਈ ਕਾਰਜ ਕਰਦੇ ਸੀਗੇ, ਕੋਈ ਨਾ ਕੋਈ ਅਸੀਂ ਆਪਣਾ ਦਸਵੰਦ ਕਹਿ ਲਓ ਜਾਂ ਤੁਸੀਂ ਕਹਿ ਲਓ ਬਈ ਅਸੀਂ ਕੋਈ ਨਾ ਕੋਈ ਸੋਸ਼ਲ ਵਰਕ ਕਰਦੇ ਸੀਗੇ, ਦਿਲ ਚ ਇੱਛਾ ਬਹੁਤ ਸੀਗੀ ਆ ਕਰਨ ਦੀ, ਪਰ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਹਨੇ ਇਸ ਆਰਗੇਨਾਈਜੇਸ਼ਨ ਦਾ ਬੀਜ ਪਾਇਆ। ਅਸੀਂ ਅਖਬਾਰ ਸਾਰੇ ਪੜ੍ਹਦੇ ਹਾਂ ਭਾਜੀ, ਬਿਲਕੁਲ ਜੀ, ਚੰਡੀਗੜ੍ਹ ਦਾ ਟ੍ਰਿਬਿਊਨ ਬੜਾ ਪਾਪੂਲਰ ਹੈ। ਹਾਂਜੀ, ਮੇਰਾ ਦੋਸਤ ਹੈ, ਅਸੀਂ ਇਕੱਠੇ ਸਕੂਲ ਚ ਪੜ੍ਹਦੇ ਸੀਗੇ, ਸਵਰਨਜੀਤ ਸਿੰਘ ਢਿੱਲੋਂ, ਉਹਦਾ ਮੈਨੂੰ ਕਾਲ ਆਉਂਦੀ ਹੈ, ਅਸੀਂ ਉਸ ਦਿਨ ਅਖਬਾਰ ਦੇ ਵਿੱਚ ਇੱਕ ਖਬਰ ਆਈ ਹੋਈ ਸੀਗੀ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਚੋਟੀਆਂ ਪਿੰਡ ਹੈ, ਉਹਦੇ ਵਿੱਚ ਇੱਕ ਫਾਰਮਰ ਨੇ ਸੂਸਾਈਡ ਕਰ ਲਿਆ, ਤੇ ਖਬਰ ਆਰਟੀਕਲ ਪੜ੍ਹਿਆ। ਇਹ ਕਦੋਂ ਦੀ ਗੱਲ ਕਰ ਰਹੇ ਆ ਆਪਾਂ? ਇਹ ਭਾਜੀ ਗੱਲ ਹੈਗੀ ਹੈ 2016 ਜਨਵਰੀ ਦੀ, ਦਸੰਬਰ ਦੀ ਗੱਲ ਹੈ, ਜਨਵਰੀ ਚ ਅਸੀਂ ਉਹਨਾਂ ਕੋਲ ਗਏ ਸੀ ਪਿਛਲੇ ਸਾਲ ਜੀ, ਠੀਕ। ਉਸ ਤੋਂ ਪਹਿਲਾਂ ਅਸੀਂ ਜਿਹੜਾ ਜਿਹਨੂੰ ਕਹਿੰਦੇ ਸਰਵ ਹਿਊਮੈਨਿਟੀ ਦਾ ਜਨਮ ਏਦਾਂ ਹੋਇਆ, ਠੀਕ। ਉਸ ਤੋਂ ਪਹਿਲਾਂ ਸਾਡਾ ਸੇਵਾ ਕਰਨ ਦਾ ਤਰੀਕਾ ਹੋਰ ਸੀਗਾ। ਹਾਂਜੀ, ਅਸੀਂ ਹੋਰ ਵੀ ਇਹਨਾਂ ਤਰੀਕ, ਸਾਨੂੰ ਜੋ ਜੋ ਕੰਬਲੀ ਭਿੱਜਦੀ ਉਹ ਭਾਰੀ ਹੁੰਦੀ ਹੈ ਭਾਜੀ, ਤੇ ਉੱਥੋਂ ਕੀ ਹੋਇਆ, ਅਸੀਂ ਟ੍ਰਿਬਿਊਨ ਵਾਲੇ ਨਾਲ ਗੱਲ ਕੀਤੀ, ਅਸੀਂ ਸਾਰਾ ਕੇਸ ਉਹਨਾਂ ਦਾ ਪਤਾ ਕੀਤਾ ਰਿਪੋਰਟਰ ਤੋਂ ਜਿਹਨੇ ਕਵਰ ਕੀਤਾ ਸੀਗਾ ਵੀ ਉੱਥੇ ਐਕਚੁਅਲ ਦੇ ਵਿੱਚ ਕੀ ਹੋਇਆ ਸੀਗਾ। ਅਸੀਂ ਸੰਗਰੂਰ ਗਏ, ਉਹ ਉਸ ਘਰ ਗਏ, ਮੈਂ ਭਾਜੀ ਪੰਜਾਬ ਦੇ ਵਿੱਚ ਰਹਿੰਦੇ ਹੋਏ ਮੈਂ ਕਾਫੀ ਉਸ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀਗੀ, ਮਤਲਬ ਕਿ ਬਹੁਤ ਲੋੜਵੰਦ ਪਰਿਵਾਰ ਸੀਗਾ ਜੀ, ਉਹਨਾਂ ਕੋਲ ਤਕਰੀਬਨ ਕੁਛ ਬਿਘੇ ਜ਼ਮੀਨ ਸੀਗੀ, 2 ਜਾਂ 3 ਬਿਘੇ ਜ਼ਮੀਨ ਚ, ਜਿਸ ਬੰਦੇ ਨੇ ਸੂਸਾਈਡ ਕੀਤਾ ਸੀਗਾ ਉਹ ਸਿਰਫ 40,000 ਕਰਕੇ ਸੂਸਾਈਡ ਕੀਤਾ ਸੀਗਾ, 40,000 ਰੁਪਏ ਦਾ ਕਰਜ਼ਾ ਸੀਗਾ ਉੱਤੇ, ਜਿਹਦੇ ਕਰਕੇ ਉਹਨੇ ਸੂਸਾਈਡ ਕਰ ਲਿਆ ਸੀਗਾ, 3 ਛੋਟੇ ਛੋਟੇ ਬੱਚੇ, ਇੱਕ ਵਿਧਵਾ ਉਹਦੀ ਵਾਈਫ ਤੇ ਉਹਦਾ ਇੱਕ ਉਹਦੇ ਮਾਂ ਬਾਪ, ਤੇ 3 ਦਿਨਾਂ ਤੋਂ ਉਹਨਾਂ ਦੇ ਘਰ ਚੁੱਲ੍ਹਾ ਨਹੀਂ ਬਲਿਆ ਸੀਗਾ, ਤੇ ਅਸੀਂ ਗਏ, ਅਸੀਂ ਆਪਣੇ ਦੋਸਤਾਂ ਦੇ ਨਾਲ ਕੰਟਰੀਬਿਊਟ ਕਰਕੇ ਸਾਡੇ ਕੋਲ 22,000 ਰੁਪਇਆ ਇਕੱਠਾ ਹੋਇਆ ਸੀਗਾ ਜੀ, ਅਸੀਂ ਉਹ ਕੰਟਰੀਬਿਊਟ ਕੀਤਾ ਪੈਸਾ, ਰਾਸ਼ਨ ਲੈ ਕੇ ਗਏ, ਅਸੀਂ ਉਸ ਪਰਿਵਾਰ ਨੂੰ ਦਿੱਤਾ। ਸੋਸ਼ਲ ਮੀਡੀਆ ਦਾ ਯੁੱਗ ਹੈ ਭਾਜੀ, ਮੈਂ ਆਪਣਾ ਕੈਮਰਾ ਕੱਢਿਆ ਤੇ ਅਸੀਂ ਵੀਡੀਓ ਬਣਾ ਲਿੱਤੀ ਜੀ, ਵੀਡੀਓ ਬਣਾਈ ਤੇ ਉਹ ਉਸ ਵੇ ਨਾਲ ਫੇਸਬੁੱਕ ਤੇ ਪੋਸਟ ਹੋ ਗਈ ਉਹ। ਉਸ ਤੋਂ ਬਾਅਦ ਭਾਜੀ
ਉਹ ਦੇਸ਼ਾਂ ਵਿਦੇਸ਼ਾਂ 'ਚ ਇਸ ਤਰੀਕੇ ਨਾਲ ਫਲੋਟ ਹੋਈ ਵੀ ਉਸ ਪਰਿਵਾਰ ਨੂੰ ਜਸਵਿੰਦਰ ਸਿੰਘ ਵਾਲੀਆ USA ਦੇ ਉਹਨਾਂ ਨੇ ਉਹ ਵੀਡੀਓ ਦੇਖੀ, ਉਹਨਾਂ ਨੇ ਉਸ ਪਰਿਵਾਰ ਨੂੰ ਅਡੋਪਟ ਕਰ ਲਿੱਤਾ। ਕਿਆ ਬਾਤ! ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਸ ਪਰਿਵਾਰ ਦਾ ਖਰਚਾ ਉਹ ਚੱਕ ਰਹੇ ਹੈ। ਅਸੀਂ 3-4 ਵਾਰੀ ਉਹਨਾਂ ਦੇ ਘਰ ਜਾ ਚੁੱਕੇ ਹਾਂ ਸੰਗਰੂਰ ਦੇ ਵਿੱਚ, ਜਿਸ ਦੇ ਵਿੱਚ ਸਰਵ ਹਿਊਮੈਨਿਟੀ ਨੇ ਪਹਿਲਾਂ ਕੰਮ ਕੀਤਾ ਸੀ। ਜੀ ਉਸ ਤੋਂ ਬਾਅਦ ਭਾਜੀ ਕੜੀਆਂ ਜੁੜਦੀਆਂ ਗਈਆਂ ਜੁੜਦੀਆਂ ਗਈਆਂ ਤੇ ਅੱਗੇ ਤੋਂ ਅੱਗੇ ਸੇਵਾ ਆਉਂਦੀ ਗਈ। ਇਸ ਤਰੀਕੇ ਨਾਲ ਸਾਡਾ ਕੰਮ ਸ਼ੁਰੂ ਹੋਇਆ ਭਾਜੀ। ਕਿਆ ਬਾਤ! ਬਹੁਤ ਵਧੀਆ ਜੀ, ਬਹੁਤ ਵਧੀਆ, ਕਾਫੀ ਟਚਿੰਗ ਸਟੋਰੀ ਹੈ। ਲੇਕਿਨ ਮੈਂ ਇੱਕ ਚੀਜ਼ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਿਵੇਂ ਤੁਸੀਂ ਦੱਸਿਆ ਕਿ ਇਹ ਸ਼ੁਰੂਆਤ ਇੱਕ ਐਸੀ ਖਬਰ ਤੋਂ ਹੋਈ ਕਿ ਕਿਸਾਨ ਨੇ ਆਤਮਹੱਤਿਆ ਦੀ ਖਬਰ ਸੀਗੀ, ਸੁਸਾਈਡ ਦੀ ਖਬਰ ਸੀਗੀ, ਔਰ ਉਹ ਵੀ 40,000 ਰੁਪਏ, ਜਿਹੜੇ ਕਿ ਸ਼ਾਇਦ ਅੱਜ ਦੀ ਡੇਟ ਵਿੱਚ 2016 ਦੀ, ਤੁਸੀਂ ਪਿਛਲੇ ਸਾਲ ਦੀ ਗੱਲ ਕਰ ਰਹੇ ਹੋ, ਕੋਈ ਬਹੁਤ ਵੱਡੀ ਰਕਮ ਨਹੀਂ ਹੈਗੀ। 22,000 ਤੁਸੀਂ ਖੜੇ ਖੜੇ ਦੋਸਤਾਂ ਨੇ ਇਕੱਠੇ ਕਰਤੇ, ਜੇਕਰ ਪਹਿਲੇ ਹੋਇਆ ਹੁੰਦਾ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਗਈ ਹੁੰਦੀ। ਲੇਕਿਨ ਇਹ ਕਿਸਾਨਾਂ ਦਾ ਜਿਹੜੀ ਹੈ ਦੁਵਿਧਾ ਆਪਾਂ ਦੇਖ ਰਹੇ ਹਾਂ, ਅੱਜ ਦੀ ਨਹੀਂ ਕਈ ਸਾਲਾਂ ਦੀ, ਕਈ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ। ਤੇ ਮਤਲਬ 2000 ਮਤਲਬ ਪਿਛਲੇ ਸਾਲ ਹੀ ਤੁਸੀਂ ਇਹ ਸ਼ੁਰੂਆਤ, ਉਸ ਤੋਂ ਪਹਿਲੇ ਮਤਲਬ ਮੈਂ ਸਿਰਫ ਇਹ ਜਾਣਨਾ ਚਾਹ ਰਿਹਾ ਕਿ ਮਤਲਬ ਖੈਰ ਜਦੋਂ ਵੀ ਇਹ ਸ਼ੁਰੂ ਕੀਤਾ ਹੈ ਤੇ ਬਹੁਤ ਅੱਛੀ ਗੱਲ ਹੈ, ਲੇਕਿਨ ਉਸ ਤੋਂ ਪਹਿਲੇ ਨਹੀਂ ਕਦੀ ਤੁਹਾਡੇ ਦਿਮਾਗ 'ਚ ਆਇਆ ਕਿ ਐਸਾ ਕੁਛ ਕੀਤਾ ਜਾਏ? ਨਹੀਂ ਭਾਜੀ, ਉਹ ਜਦੋਂ ਪਰਮਾਤਮਾ ਨੇ ਆਪਾਂ ਨੂੰ ਹੁਕਮ ਕਰਨਾ ਨਾ ਭਾਜੀ, ਸਾਡੇ ਤੋਂ ਅਸੀਂ ਉਹੀ ਕੰਮ ਤਦ ਹੀ ਹੋਣਾ ਜਦੋਂ ਉਹਦਾ ਹੁਕਮ ਹੋਣਾ। ਬਿਲਕੁਲ ਸਹੀ ਗੱਲ। ਉਸ ਤੋਂ ਪਹਿਲਾਂ ਅਸੀਂ ਨਾ ਭਗਤ ਪੂਰਨ ਸਿੰਘ ਪੜ੍ਹੇ ਜੀ, ਲਾਈਕ ਜਿੱਥੋਂ ਆ ਚੀਜ਼ ਕਹਿ ਲਓ ਵੀ ਸਾਡੇ 'ਚ ਚੇਂਜ ਆਈ। ਰਾਈਟ, ਹਾਂਜੀ, ਅਸੀਂ ਆਪਣੇ ਰੁਝੇਵਿਆਂ ਤੋਂ ਕਿਸ ਪਾਸੇ ਸੋਸ਼ਲ ਵਰਕ ਵੱਲ ਸਾਡੀ ਫੋਕਸ ਕਿੱਦਾਂ ਸੀ ਡੈਵੀਏਟ ਹੋਏ। ਭਗਤ ਪੂਰਨ ਸਿੰਘ ਜੀ ਦੀ ਨਾ ਉਸ ਟਾਈਮ ਮੂਵੀ ਆਈ ਸੀ ਭਾਜੀ ਪੰਜਾਬੀ ਇੱਕ ਜੀ, ਹਾਂਜੀ, ਮੈਂ ਤੇ ਬਿਲਕੁਲ ਉਹ ਮੂਵੀ ਦੇਖੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੜਿਆ ਵੀ ਉਸ ਇਨਸਾਨ ਨੇ ਆਪਣਾ ਸਾਰਾ ਜਨਮ ਇਨਸਾਨੀਅਤ ਦੇ ਲੇਖੇ ਲਾ ਦਿੱਤਾ ਤੇ ਉਹਨਾਂ ਨੇ ਕੀ ਕੀ ਕੀਤਾ ਸੀ। ਉਹ ਬਹੁਤ ਜ਼ਿਆਦਾ ਭਾਜੀ ਭਾਵੇਂ ਸਾਨੂੰ ਸਾਰੇ ਦੋਸਤਾਂ ਨੂੰ ਪ੍ਰਭਾਵਿਤ ਕੀਤਾ ਉਸ ਚੀਜ਼ ਨੇ। ਅਸੀਂ ਤਰੀਕਾ ਸਾਡਾ ਹੋਰ ਸੀਗਾ, ਪਰ ਅਸੀਂ ਥੋੜੀ ਥੋੜੀ ਮਦਦ ਕਰਨੀ ਸ਼ੁਰੂ, ਉਹਨਾਂ ਦੇ ਪੂਰਨਿਆਂ ਤੇ ਚੱਲਣਾ ਸ਼ੁਰੂ ਕਰ ਦਿੱਤਾ ਜੀ। ਗੁਰੂ ਸਾਹਿਬ ਨੇ ਅਗਰ ਆਪਾਂ ਸਿੱਖੀ ਸਿਧਾਂਤਾਂ ਦੀ ਗੱਲ ਕਰੀਏ, ਸਿੱਖੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਦੇ 3 ਬਚਨ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਅਸੀਂ ਆਪ ਦਾ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਵੰਡ ਕੇ ਛਕ ਰਹੇ ਹਾਂ ਜੀ। ਜੇ ਅਗਰ 10 ਰੁਪਏ ਦੀ ਲੋੜ ਮੈਨੂੰ ਨਹੀਂ ਹੈਗੀ, ਮੇਰੇ ਤੋਂ ਵੱਧ ਭਾਜੀ ਤੁਹਾਨੂੰ ਹੈਗੀ ਹੈ, ਤਾਂ ਮੈਨੂੰ ਕੋਈ ਗੁਰੇਜ ਨਹੀਂ ਹੋਣਾ ਚਾਹੀਦਾ ਅਗਰ ਮੈਂ ਤੁਹਾਨੂੰ 10 ਰੁਪਏ ਦੇ ਦਾਂ। ਅਗਰ ਤੁਸੀਂ ਵਾਕਈ ਹੀ ਲੋੜਵੰਦ ਹੋ ਤਾਂ ਮੈਨੂੰ ਉਸ ਸਿਧਾਂਤਾਂ ਦੇ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਜੀ। ਫਿਰ ਨਾਲੇ ਗੁਰੂ ਸਾਹਿਬ ਨੇ ਕਿਹਾ ਸੀ ਜਿਹੜਾ ਜਿਹੜੀ ਗੋਲ ਕਿਹਾ ਗਰੀਬ ਦਾ ਮੂੰਹ ਹੈ ਭਾਜੀ। ਸਾਡੇ ਚੋਂ ਕੋਈ ਵੀ ਦੋਸਤ ਸਾਨੂੰ ਸਹੀ ਦੱਸੀਏ ਵੀ ਅਸੀਂ ਗੁਰੂ ਘਰ ਦੇ ਵਿੱਚ ਗੋਲਕ 'ਚ ਪੈਸੇ ਪਾਉਣ ਦੀ ਬਜਾਏ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਵੀ ਜੋ ਗੁਰੂ ਸਾਹਿਬ ਨੇ ਦਸਵੰਧ ਕੱਢਣ ਦੀ ਪ੍ਰਥਾ ਚਲਾਈ ਹੈ ਅਸੀਂ ਉਹਦੇ ਤੇ ਫੋਕਸ ਕਰੀਏ ਜੀ, ਤੇ ਉਹ ਦਸਵੰਧ ਨੂੰ ਸਿੱਧਾ ਗਰੀਬ ਦੇ ਮੂੰਹ ਤੱਕ ਪਹੁੰਚਾਈਏ ਜਿਹੜਾ ਕਿ ਵਾਕਈ ਹੀ ਲੋੜਵੰਦ ਹੈ। ਬਿਲਕੁਲ ਬਿਲਕੁਲ, ਬਹੁਤ ਅੱਛੀ ਗੱਲ। ਮੈਨੂੰ ਇੱਕ ਹੋਰ ਮੇਰੇ ਇੱਕ ਸਵਾਲ ਮੇਰੇ ਦਿਲ 'ਚ ਉੱਠ ਰਿਹਾ ਕਿ ਸਿਰਫ ਇਹ ਮਤਲਬ ਕਿਸਾਨਾਂ ਲਈ ਜਾਂ ਹਰ ਲੋੜਵੰਦ, ਤੁਸੀਂ ਕਿਹਾ ਕਿ ਕਾਫੀ ਲੋੜਵੰਦ ਲੋਕਾਂ ਨੂੰ, ਹੋਰ ਕਿਸ ਤਰੀਕੇ ਦੇ ਤੁਹਾਡੇ ਇਸ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਤੁਹਾਡੀ ਆਰਗੇਨਾਈਜੇਸ਼ਨ ਨੇ ਜਿਨ੍ਹਾਂ ਦੀ ਹੈਲਪ ਕੀਤੀ ਹੈ, ਉਹ ਹੋਰ ਕਿਸ ਤਰੀਕੇ ਦੇ ਹੋਰ ਹੈਗੇ ਨੇ ਐਸੇ ਲੋੜਵੰਦ ਲੋਕ, ਉਹਨਾਂ ਦੇ ਬਾਰੇ 'ਚ ਕੁਝ ਦੱਸੋ ਜੀ। ਹਾਂਜੀ ਭਾਜੀ, ਜਿੱਦਾਂ ਅਸੀਂ ਆ ਸੇਵਾ ਹੋਈ ਉਸ ਦਿਨ ਛੋਟੀਆਂ ਪਿੰਡ 'ਚ ਅਸੀਂ 2-3 ਘਰਾਂ 'ਚ ਹੋਰ ਗਏ ਕਿਉਂਕਿ ਪਿੰਡ ਦੇ ਵਿੱਚ ਬਹੁਤ ਘਰ ਸੀਗੇ ਉਸ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿੱਥੇ ਕਿ 70-75, ਤੁਹਾਨੂੰ ਬੜਾ ਸਰਪ੍ਰਾਈਜ਼ਿੰਗ ਫੀਲ ਹੋਊਗਾ ਭਾਜੀ, ਬੜੀ ਸ਼ੌਕਿੰਗ ਹੋਏਗਾ ਤੁਹਾਡੇ ਲਈ ਵੀ 70-75 ਫੈਮਿਲੀਆਂ ਦੇ ਮੁੰਡਿਆਂ ਨੇ ਸੁਸਾਈਡ ਕੀਤੀ ਸੀ ਇੱਕ ਪਿੰਡ ਤੋਂ, ਉਸ ਏਰੀਏ ਤੋਂ, ਉਸ ਏਰੀਆ ਤੋਂ, ਉਸ ਏਰੀਏ ਤੋਂ। ਤੇ ਅਸੀਂ ਜਦੋਂ ਗਏ ਸਭ ਦੇ ਉਹਨਾਂ ਲਈ ਸੀਗਾ ਵੀ ਅਸੀਂ ਇੱਕ ਆਰਗੇਨਾਈਜੇਸ਼ਨ ਹੈਗੀ ਜਿਹੜੀ ਉਹਨਾਂ ਦੀ ਮਦਦ ਕਰਨ ਆਈ ਹੈ, ਪਰ ਅਸੀਂ ਤਾਂ ਸਿਰਫ ਇੱਕ ਫੈਮਿਲੀ ਦੀ ਮਦਦ ਕਰਨ ਗਏ ਸੀ। ਇਹ ਸਾਡੇ ਲਈ ਇੱਕ ਬਹੁਤ ਵੱਡਾ ਸਾਡੇ ਅੱਗੇ ਕੁਐਸਚਨ ਆ ਕੇ ਖੜਾ ਹੋ ਗਿਆ ਕਿ ਲੋੜਵੰਦ ਤਾਂ ਬਹੁਤ ਹੈਗੇ ਆ, ਠੀਕ ਹੈ, ਅਸੀਂ ਅਸੀਂ ਕਿਹਦਾ ਕਿਹਦਾ ਕਰਾਂਗੇ। ਇਸ ਚੀਜ਼ ਨੇ ਸਾਨੂੰ ਹੋਰ ਜ਼ਿਆਦਾ ਮੋਟੀਵੇਟ ਕੀਤਾ ਇਸ ਪਾਸੇ ਨੂੰ ਭਾਜੀ। ਅਸੀਂ ਕੰਮ ਸ਼ੁਰੂ ਕੀਤਾ ਜਿਵੇਂ ਪਰਮਾਤਮਾ ਰਸਤਾ ਦਿਖਾਉਂਦਾ ਗਿਆ ਭਾਜੀ, ਜਿੰਨੇ ਬੱਚੇ ਲੋੜਵੰਦ, ਉਸੀ ਪਿੰਡ ਦੇ ਵਿੱਚ ਇੱਕ ਫੈਮਿਲੀ ਸੀਗੀ, ਮੌੜ ਪਿੰਡ ਹੈਗਾ ਲਾਗੇ ਭਾਜੀ ਸੰਗਰੂਰ ਜ਼ਿਲ੍ਹੇ ਦਾ, ਜਿੱਥੇ ਦਾ ਜੂਣਾ ਮੌੜ ਹੋਇਆ ਜੀ। ਜੂਣੇ ਮੌੜ ਦੇ ਪਿੰਡ ਦੇ ਵਿੱਚ ਅਸੀਂ ਫਸਟ ਟਾਈਮ ਗਏ ਸੀਗੇ। ਜੂਣਾ ਮੌੜ ਨੂੰ ਆਪਾਂ ਪੰਜਾਬੀ ਸਾਰੇ ਜਾਣਦੇ ਹਾਂ, ਪਰ ਜੂਣਾ ਮੌੜ
ਜਿਸ ਪਿੰਡ ਤੋਂ ਬਿਲੋਂਗ ਕਰਦਾ ਉਸ ਪਿੰਡ ਦੇ ਵਿੱਚ ਕੀ ਹੋ ਰਿਹਾ ਸੀਗਾ ਇਹ ਆਪਾਂ ਨੂੰ ਸ਼ਾਇਦ ਪੰਜਾਬੀਆਂ ਨੂੰ ਨਹੀਂ ਪਤਾ ਸੀਗਾ। ਇੱਕ ਫੈਮਿਲੀ ਦੇ ਵਿੱਚ ਹਸਬੈਂਡ ਵਾਈਫ ਨੇ ਇਕੱਠਿਆਂ ਨੇ ਸੁਸਾਈਡ ਕਰ ਲਿਆ, ਉਹਨਾਂ ਦੇ ਤਿੰਨ ਬੱਚੇ, ਤਿੰਨੋਂ ਪੜ੍ਹਨਾ, ਤਿੰਨੋਂ ਦੋ ਕੁੜੀਆਂ ਇੱਕ ਮੁੰਡਾ ਪੜ੍ਹਨਾ ਚਾਹੁੰਦੇ ਸੀ ਤੇ ਉਹਨਾਂ ਦਾ ਨਾਨਾ ਜੀ ਉਹਨਾਂ ਨੂੰ ਦੇ ਟੇਕ ਕੇਅਰ ਕਰ ਰਹੇ ਸੀ ਕਿਉਂਕਿ ਉਹਨਾਂ ਦੇ ਉਹਦੇ ਪੇਰੈਂਟਸ ਨੇ ਸੁਸਾਈਡ ਇਸ ਕਰਕੇ ਕੀਤਾ ਸੀਗਾ ਕਿਉਂਕਿ ਉਹਨਾਂ ਦਾ ਘਰ ਸੜਕ ਦੇ ਵਿੱਚ ਆ ਗਿਆ ਸੀਗਾ। ਉਹਨਾਂ ਕੋਲ ਉਸ ਬੰਦਾ 6-7 ਦਿਨ ਝੁੱਗੀ ਪਾ ਕੇ ਰਿਹਾ, ਉਸ ਤੋਂ ਬਾਅਦ ਹਸਬੈਂਡ ਵਾਈਫ ਦੋਨਾਂ ਨੇ ਸੁਸਾਈਡ ਕਰ ਲਿਆ ਕਿਉਂਕਿ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਸੀ ਸਰਕਾਰ ਵੱਲੋਂ ਜੀ। ਉਹ ਫੈਮਿਲੀ ਸਿਰਫ ਅਸੀਂ ਉਹਨਾਂ ਨੂੰ ਪੁੱਛਿਆ, ਉਹਨਾਂ ਦੀ ਮਦਦ ਕੀਤੀ, ਜਦੋਂ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਬੱਚੇ ਕੀ ਕਰਨਾ ਚਾਹੁੰਦੇ ਹੋ, ਕਹਿੰਦੇ ਸਿਰਫ ਅਸੀਂ ਪੜ੍ਹਨਾ ਚਾਹੁੰਦੇ ਹਾਂ, ਸਾਨੂੰ ਪੜ੍ਹਾ ਦਿਓ। ਕਿਆ ਬਾਤ। ਸਾਡੇ ਗੁਰਸਾਹਿਬ ਨੇ ਇੱਕ ਚੀਜ਼ ਹੋਰ ਸਾਡੇ ਦਿਮਾਗ 'ਚ ਕਲਿੱਕ ਕਰ ਦਿੱਤੀ ਵੀ ਆਹ ਸਾਡਾ ਕੱਲ ਦਾ ਫਿਊਚਰ ਹੈ, ਅਸੀਂ ਫਿਊਚਰ ਵੱਲ ਵੀ ਧਿਆਨ ਦੇਈਏ। ਹੁਣ ਭਾਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਅਰਾਊਂਡ ਕਿੰਨੇ ਕੁ ਬੱਚੇ ਆ ਸਕੂਲਾਂ ਦੇ ਵਿੱਚ ਵੀ ਜਿਹਨਾਂ ਨੂੰ ਅਸੀਂ ਯੂਨੀਫਾਰਮਸ, 10th ਪਲੱਸ 2 ਦੇ ਮੇਨ ਬੱਚੇ ਜਿਹੜੇ ਕਿ ਵਾਕਈ ਹੀ ਬਹੁਤ ਬ੍ਰਾਈਟ ਹੈ ਉਹਨਾਂ ਨੂੰ ਅਸੀਂ ਅਡੋਪਟ ਕੀਤਾ ਹੋਇਆ, ਉਹਨਾਂ ਦੀ ਫੀਸਾਂ, ਉਹਨਾਂ ਦਾ ਕੀ ਕਹਿੰਦੇ ਸ਼ੂਜ਼ ਪ੍ਰੋਵਾਈਡ ਕਰਨੇ, ਠੀਕ ਹੈ ਜੀ, ਉਹਨਾਂ ਨੂੰ ਵਰਦੀਆਂ ਪ੍ਰੋਵਾਈਡ ਕਰਨੀਆਂ, ਸਟੱਡੀ ਮਟੀਰੀਅਲ ਪ੍ਰੋਵਾਈਡ ਕਰਨਾ। ਜੇ ਤੁਸੀਂ ਮੇਰਾ ਮੇਨ ਆਪਾਂ ਲੇਟ ਹੋਏ ਇਸ ਕਰਕੇ ਕਿਉਂਕਿ ਭਾਜੀ ਮੇਰਾ ਮਤਲਬ ਸੀਗਾ ਵੀ ਜਿੰਨੇ ਫੇਸਬੁੱਕ ਦੇ ਪੇਜ ਦੇ ਉੱਤੇ ਆਪਣੇ ਲਾਈਕ ਮਾਈਂਡਡ ਪੀਪਲ ਲੋਕ ਸਾਡੇ ਦੁਨੀਆਂ ਭਰ ਤੋਂ ਸਾਡੇ ਨਾਲ ਜੁੜੇ ਹੈ, ਉਹਨਾਂ ਨੂੰ ਵੀ ਮੈਂ ਆਪਣਾ ਆਪਣਾ ਜਿਹੜਾ ਥੋੜਾ ਸੰਦੇਸ਼ ਹੈ ਉਹ ਪਹੁੰਚਾਉਣਾ ਚਾਹੁੰਦਾ ਸੀਗਾ ਜੀ। ਬਿਲਕੁਲ, ਕਿਉਂਕਿ ਤੁਸੀਂ ਉਸ ਪੇਜ ਤੇ ਵੀ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਆਰਗੇਨਾਈਜੇਸ਼ਨ ਸ਼ੁਰੂ ਹੋਈ, ਇਹ ਸੰਸਥਾ ਕਿੱਦਾਂ ਕਿੱਦਾਂ ਚੱਲਦੀ ਗਈ ਤੇ ਕਿਸ ਵੇ ਦੇ ਅਸੀਂ ਕੰਮ ਕਰਦੇ ਗਏ। ਭਾਜੀ ਸਟੂਡੈਂਟਸ, ਠੀਕ ਹੈ ਜੀ, ਜਿਹੜੇ ਬੱਚੇ ਅਨਾਥ ਹੈ, ਉਸ ਤੋਂ ਬਾਅਦ ਪੇਸ਼ੈਂਟਸ, ਪੀਜੀਆਈ ਸਾਡੇ ਚੰਡੀਗੜ੍ਹ ਸੀ, ਬੇਸਿਕਲੀ ਸਾਰੇ ਚੰਡੀਗੜ੍ਹ ਤੋਂ ਹੈ ਜੀ। ਪੀਜੀਆਈ ਸਾਡਾ ਉੱਥੇ ਮੇਨ ਹੱਬ ਹੈ, ਬਹੁਤ ਵੱਡਾ ਹਸਪੀਟਲ ਹੈ ਭਾਜੀ ਪੀਜੀਆਈ, ਉੱਥੇ ਬੰਦਾ ਤਦ ਆਉਂਦਾ ਭਾਜੀ ਜਦੋਂ ਬਾਕੀ ਹਸਪਤਾਲਾਂ ਵਾਲੇ ਜਵਾਬ ਦੇ ਦਿੰਦੇ ਆ ਹਾਂਜੀ। ਐਂਡ ਦੇ ਵਿੱਚ ਜਦੋਂ ਉੱਥੇ ਬੰਦਾ ਪਹੁੰਚਦਾ ਹੈ ਨਾ ਤਾਂ ਉਹਦੇ ਕੋਲ ਨਾ ਤਾਂ ਪੈਸਾ ਬਚਦਾ ਹੈ, ਠੀਕ ਹੈ ਜੀ, ਰਿਸ਼ਤੇਦਾਰ ਉੱਤੋਂ ਹੱਥ ਖੜਾ ਕਰ ਚੁੱਕੇ ਹੁੰਦੇ ਆ ਕਿਉਂਕਿ ਉਹਦੇ ਫੋਨ ਤੋਂ ਗੁਰੇਜ਼ ਕਰਦੇ ਆ ਵੀ ਇਸ ਬੰਦੇ ਦਾ ਅਗਰ ਫੋਨ ਆਇਆ ਤਾਂ ਪੈਸਾ ਮੰਗੇਗਾ ਸਾਡੇ ਤੋਂ, ਠੀਕ ਹੈ ਜੀ। ਜਦੋਂ ਬਾਕੀ ਹਸਪੀਟਲ ਜਵਾਬ ਦੇ ਦਿੰਦੇ ਨਾ ਤਾਂ ਐਂਡ ਦੇ ਵਿੱਚ ਆਉਂਦੇ ਲੋਕ ਪੀਜੀਆਈ, ਤੇ ਪੀਜੀਆਈ ਦੇ ਵਿੱਚ ਅਸੀਂ ਕੀ ਦੇਖਿਆ ਭਾਜੀ ਵੀ ਜਿਹੜਾ ਬੰਦਾ 3500, 4000, 5000 ਕਮਾਉਣ ਵਾਲਾ ਉਹ ਬੰਦਾ ਹਰ ਹਫਤੇ 1800-2000 ਰੁਪਏ ਦਾ ਡਾਇਲਿਸਿਸ ਕਿੱਦਾਂ ਕਰਵਾ ਸਕਦਾ? ਬਿਲਕੁਲ ਨਹੀਂ ਕਰਦਾ। ਅਗਰ ਉਹ ਡਾਇਲਿਸਿਸ ਨਹੀਂ ਕਰਵਾਉਂਦਾ ਉਹ ਸਰਵਾਈਵ ਨਹੀਂ ਕਰਦਾ। ਬਿਲਕੁਲ, ਸਾਡਾ ਮੇਨ ਫੋਕਸ ਹੋਇਆ ਮੈਡੀਸਿਨਸ ਤੇ, ਡਾਇਲਿਸਿਸ ਤੇ, ਕੈਂਸਰ ਪੇਸ਼ੈਂਟਸ ਲਈ, ਬਲੱਡ ਡੋਨੇਸ਼ਨਸ ਲਈ। ਹੁਣ ਤਕਰੀਬਨ 100+ ਪੇਸ਼ੈਂਟਸ ਹੈ ਜਿਨ੍ਹਾਂ ਨੂੰ ਅਸੀਂ ਮੈਡੀਸਿਨਸ ਮੰਤਰੀ ਪ੍ਰੋਵਾਈਡ ਕਰ ਰਹੇ ਹਾਂ। ਤਕਰੀਬਨ ਸਾਈ ਮੈਡੀਕਲ ਸੈਕਟਰ 11 ਚ ਹੈਗਾ ਭਾਜੀ, ਉਹ ਸਾਨੂੰ ਕਾਫੀ ਕੀ ਕਹਿੰਦੇ ਆ ਛੂਟ ਦਿੰਦੇ ਦਵਾਈਆਂ ਤੇ, ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਕਿਸ ਵੇ ਦਾ ਕੰਮ ਕਰ ਰਹੇ ਹਾਂ। 2 ਲੱਖ ਦੇ ਕਰੀਬ ਭਾਜੀ ਉਹਨਾਂ ਦਾ ਬਿੱਲ ਮੰਥਲੀ ਹੋ ਜਾਂਦਾ ਜੀ। ਉਹ ਸਾਡੇ ਨਾਲ ਉਧਾਰ ਵੀ ਕਰਦਾ, ਕਈ ਵਾਰੀ ਪੈਸੇ ਨਹੀਂ ਹੁੰਦੇ ਭਾਜੀ ਜੀ, ਉਹਨਾਂ ਨੂੰ ਪਤਾ ਵੀ ਚਾਹੇ ਜਿੱਦਾਂ ਮਰਜ਼ੀ ਹੋਣ ਇਹਨਾਂ ਦੇ ਪੈਸੇ ਆ ਜਾਣਗੇ। ਤੇ ਕਰਦੇ 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 ਭਾਜੀ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂ ਬਈ ਅਗਰ ਮੇਰੇ ਕੋਲ ਮੈਂ ਡਾਟਾ ਦੇਵਾਂ ਤਾਂ ਭਾਜੀ ਉਹ ਲੱਖਾਂ ਚ ਹੈਗੇ ਆ ਜਿਨ੍ਹਾਂ ਦੇ ਪੇਸ਼ੈਂਟ ਦੇ ਅਸੀਂ ਡਾਇਲਿਸਿਸ ਕਰਵਾਉਂਦੇ ਹਾਂ, ਉਹਨਾਂ ਦੇ ਅਸੀਂ ਇਕੱਠੇ 8-10 ਡਾਇਲਿਸਿਸ ਦੇ ਪੈਸੇ ਜਾ ਕੇ ਭਰਵਾ ਦਿੰਦੇ ਹਾਂ ਜੀ। ਤੇ ਉਹ ਬੰਦਾ ਵੀਕਲੀ ਜਾਂ 10 ਦਿਨ ਜਾ ਕੇ ਆਪਣੇ ਡਾਇਲਿਸਿਸ ਕਰਵਾਈ ਜਾਂਦਾ। ਪਰ ਅਸੀਂ ਕੋਸ਼ਿਸ਼ ਆ ਕਰਦੇ ਵੀ ਪੇਸ਼ੈਂਟਸ ਨੂੰ ਅਸੀਂ ਪੈਸੇ ਨਹੀਂ ਦਿੰਦੇ, ਉਹਨਾਂ ਨੂੰ ਮੈਡੀਸਨ ਦਈਏ, ਜਿਸ ਚੀਜ਼ ਦੀ ਉਹਨਾਂ ਨੂੰ ਲੋੜ ਹੈ ਅਸੀਂ ਉਹ ਪ੍ਰੋਵਾਈਡ ਕਰਦੇ ਹਾਂ ਜੀ। ਭਾਜੀ ਉਸ ਤੋਂ ਬਾਅਦ ਚੰਡੀਗੜ੍ਹ ਦੇ ਹੋਟਲ ਜਿਹੜੇ ਹੈ ਨਾ, 3-star, 3-star, 5-star, 4-star, ਇਹਨਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਸਾਨੂੰ ਇਹਨਾਂ ਨੇ। ਕੀ ਬਾਤ ਹੈ ਜੀ। ਅਸੀਂ ਇਹਨਾਂ ਨਾਲ ਗੱਲ ਕੀਤੀ ਜਾ ਕੇ ਕਿਉਂਕਿ ਚੰਡੀਗੜ੍ਹ, ਹਰਿਆਣਾ, ਹਿਮਾਚਲ, ਪੰਜਾਬ ਦਾ ਸੈਂਟਰ ਪੈਂਦਾ, ਪੰਜਾਬ ਹਰਿਆਣਾ ਦੀ ਕੈਪੀਟਲ ਹੈ ਭਾਜੀ। ਬਿਲਕੁਲ, ਉੱਥੇ ਸਰਵਿਸ ਕਲਾਸ ਬਹੁਤ ਹੈ, ਬਿਜ਼ਨਸ ਕਲਾਸ ਬਹੁਤ ਹੈ, ਹੋਟਲਸ ਵਧੀਆ ਹੈਗੇ ਆ, ਤਾਂ ਲੋਕ ਉੱਥੇ ਜਾ ਕੇ ਵੀਕਐਂਡਸ ਦੇ ਉੱਤੇ ਤਕਰੀਬਨ ਆਪਾਂ ਸਾਰੇ ਡਿਨਰ ਕਰਦੇ ਹਾਂ ਹਾਂਜੀ। ਤੇ ਹੋਟਲਸ ਦੇ ਵਿੱਚ ਭਾਜੀ ਫੂਡ ਬਹੁਤ ਭੱਜ ਜਾਂਦਾ ਡਿਨਰ। ਬਿਲਕੁਲ ਜੀ। ਅਸੀਂ ਉਹਨਾਂ ਤੋਂ ਫੂਡ ਕਲੈਕਟ ਕਰਨਾ ਸ਼ੁਰੂ ਕੀਤਾ ਜਿਹੜਾ ਕਿ ਬਿਲਕੁਲ ਫਰੈਸ਼ ਹੁੰਦਾ। ਕੀ ਬਾਤ। ਉਹ ਕਲੈਕਟ ਕਰਕੇ ਇੱਕ ਵਲੰਟੀਅਰ ਦੀ ਟੀਮ ਜਾਂਦੀ ਸੀਗੀ, ਉਹ ਫੂਡ ਪੈਕ ਕਰਦੀ ਸੀਗੀ ਕਲੈਕਟ ਕਰਕੇ, ਤੇ ਨੈਕਸਟ ਡੇ ਵਲੰਟੀਅਰਸ ਦੂਜੇ ਜਾਂਦੇ ਸੀ ਜਿਹੜੇ ਕਿ ਲੋੜਵੰਦਾਂ ਨੂੰ ਡਿਸਟ੍ਰੀਬਿਊਟ ਕਰਦੇ ਸੀਗੇ। ਬਿਲਕੁਲ, ਇਹ ਮੁਹਿੰਮ ਚੱਲਦੀ ਰਹੀ ਭਾਜੀ ਕਾਫੀ ਦੇਰ, ਇਹ ਅਸੀਂ ਇਹ ਕਰਦੇ ਰਹੇ ਕਾਫੀ ਦੇਰ, ਅਸੀਂ ਇੱਦਾਂ ਇਸ ਤਰੀਕੇ ਨਾਲ ਚੱਲਦਾ ਗਿਆ।
ਫਿਰ ਪਿੱਛੇ ਗਰਮੀਆਂ ਜਦੋਂ ਸ਼ੁਰੂ ਹੋਈਆਂ ਤਾਂ ਉੱਥੇ ਫੂਡ ਸਮੈਲ ਮਾਰ ਜਾਂਦਾ ਸੀ, ਉਸ ਟਾਈਮ ਅਸੀਂ ਬੰਦ ਕਰ ਦਿੱਤਾ। ਰਾਈਟ। ਤੇ ਹੁਣ ਸਰਦੀਆਂ ਆਈਆਂ ਤੇ ਹੁਣ ਅਸੀਂ ਫੇਰ ਦੁਬਾਰਾ ਸ਼ੁਰੂ ਕਰਾਂਗੇ ਭਾਜੀ। ਠੀਕ। ਇਸ ਤਰੀਕੇ ਦੇ ਭਾਜੀ ਅਨੇਕਾਂ ਕੰਮ ਹੈਗੇ ਆ। ਕਈ ਫੈਮਿਲੀਜ਼ ਨੂੰ ਭਾਜੀ ਅਸੀਂ ਘਰ ਬਣਾ ਕੇ ਦਿੱਤੇ, ਚਾਹੇ ਇੱਕ ਰੂਮ, ਜੋ ਬੇਸਿਕ ਨੈਸੈਸਿਟੀ, ਕਿਰਾਏ ਨੂੰ ਛੱਤ ਚਾਹੀਦੀ ਹੈ। ਕਈਆਂ ਦੇ ਘਰ ਬਾਥਰੂਮ ਨਹੀਂ ਸੀ, ਕੁੜੀਆਂ ਜਵਾਨ ਸੀਗੀਆਂ, ਉਹ ਬਾਹਰ ਜਾਂਦੀਆਂ ਸੀਗੀਆਂ ਭਾਜੀ, ਤੇ ਉਹਨਾਂ ਦੇ ਪੇਰੈਂਟਸ ਜਿਹਨੂੰ ਕਹਿ ਲਿਆ ਉਹ ਦੋਨੋਂ ਹੈਂਡੀਕੈਪ ਸੀਗੇ। ਏਦਾਂ ਦੀ ਬਹੁਤ ਫੈਮਿਲੀਆਂ ਹੈਗੀਆਂ ਭਾਜੀ ਜਿਹਨਾਂ ਲਈ ਅਸੀਂ ਸਿੱਧਾ ਉਹਨਾਂ ਦੇ, ਅਗਰ ਕਿਸੇ ਕਿਸੇ ਲੋੜਵੰਦ ਨੂੰ ਰਿਕਸ਼ੇ ਦੀ ਜ਼ਰੂਰਤ ਹੈ। ਇੱਕ ਮੈਂ ਤੁਹਾਨੂੰ ਕੇਸ ਡਿਸਕਸ ਕਰਦਾ ਭਾਜੀ, ਇੱਕ ਮਾਤਾ ਜੀ ਦੇ ਘਰ ਗਏ, ਉਹ ਬੇਚਾਰੇ ਇਕੱਲੇ ਬਜ਼ੁਰਗ, 8 ਜਾਂ 9 ਮਹੀਨੇ ਉਹਨਾਂ ਦੇ ਘਰ ਪੈਨਸ਼ਨ ਨਹੀਂ ਆਈ ਸੀਗੀ, ਉਹਨਾਂ ਦੀ ਉਮਰ 80+ ਹੋ ਗਈ ਭਾਜੀ। ਉਹਨਾਂ ਦਾ ਗੁਜ਼ਾਰਾ 200 ਜਾਂ 250 ਰੁਪਏ ਨਾਲ ਹੁੰਦਾ ਸੀ ਮਹੀਨੇ ਦਾ ਗੁਜ਼ਾਰਾ, ਮਹੀਨੇ ਦਾ ਗੁਜ਼ਾਰਾ ਭਾਜੀ। ਤੇ ਜਦੋਂ ਅਸੀਂ ਉਹਨਾਂ ਕੋਲ ਗਏ ਤੇ ਮੈਂ ਉਹਨਾਂ ਦੀਆਂ ਅਸੀਸਾਂ ਨਹੀਂ ਦੱਸ ਸਕਦਾ, ਉਹ ਮਾਤਾ ਨੇ ਸਾਨੂੰ ਕੀ ਕੀ ਅਸੀਸਾਂ ਦਿੱਤੀਆਂ ਸੀਗੀਆਂ। ਉਹਨਾਂ ਦਾ ਆਪ ਦਾ ਬੇਟਾ ਕਿਸੇ ਗੁਰਦੁਆਰਾ ਸਾਹਿਬ ਚ ਗ੍ਰੰਥੀ ਹੈ, ਉਹਨਾਂ ਨੂੰ ਛੱਡ ਚੁੱਕਿਆ, ਉਹਨਾਂ ਦੇ ਨਾਲ ਨਹੀਂ ਰਹਿੰਦਾ। ਬਾਕੀ ਏਦਾਂ ਦੇ ਕਿੱਸੇ ਭਾਜੀ ਜਦੋਂ ਅਸੀਂ ਜਾਂਦੇ ਨਾ, ਮਤਲਬ ਦਿਲ ਭਰ ਜਾਂਦੇ ਆ, ਅਸੀਂ ਗੱਡੀਆਂ ਚ ਬਹਿ ਕੇ ਰੋਂਦੇ ਵੀ ਹੈਗੇ ਆ ਕਿ ਸਾਡੇ ਤੋਂ ਕੰਟਰੋਲ ਨਹੀਂ ਹੁੰਦੀਆਂ ਉਹ ਇਮੋਸ਼ਨਸ ਜੋ ਲੋਕ ਸਾਨੂੰ ਇੰਨਾ ਪਿਆਰ ਦਿੰਦੇ ਆ। ਬਿਲਕੁਲ ਬਿਲਕੁਲ ਜੀ। ਮੈਂ ਖੈਰ ਮੈਂ ਤੁਹਾਨੂੰ, ਮੈਂ ਸਰੂਪ ਤੇ ਤੁਹਾਨੂੰ ਵੀ ਇਹ ਦੱਸਣਾ ਚਾਹਾਂਗਾ ਕਿ ਅੱਜ ਜਦੋਂ ਇਹ ਪ੍ਰੋਗਰਾਮ ਮੈਂ ਸ਼ੁਰੂ ਕੀਤਾ ਸੀਗਾ, ਸੋ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਮੈਂ ਅੱਜ, ਬਲਕਿ ਤੁਹਾਡੇ ਪੇਜ ਤੇ ਲਾਈਕ ਕਰਕੇ ਮੈਂ ਕੁਝ ਵੀਡੀਓਜ਼ ਵੀ ਦੇਖੇ, ਮੈਨੂੰ ਬਹੁਤ ਇਨਸਪੀਰੇਸ਼ਨਲ ਲੱਗਿਆ, ਬੜਾ ਅੱਛਾ ਲੱਗਿਆ। ਤੇ ਅੱਜ ਮੈਂ, ਅੱਜ ਦੇ ਪ੍ਰੋਗਰਾਮ ਮੈਂ ਡੈਡੀਕੇਟ ਕੀਤਾ ਹੈ ਤੁਹਾਡੀ ਇਸ ਆਰਗੇਨਾਈਜੇਸ਼ਨ ਲਈ। ਮੈਂ ਅੱਜ ਹੋਰ ਕੋਈ ਨਿਊਜ਼, ਕੋਈ ਟੈਕਨੋਲੋਜੀ, ਕਿਸੇ ਚੀਜ਼ ਦੀ ਖਬਰਾਂ ਨਹੀਂ, ਅੱਜ ਰਹਿ ਬਈ। ਨਾਲ ਨਾਲ ਮੈਂ ਸੋਚਿਆ ਸੀਗਾ ਕਿ ਸ਼ਾਇਦ ਮੈਂ ਗਾਣੇ ਵੀ ਚਲਾ ਦੇਵਾਂਗਾ, ਸਰੋਤਿਆਂ ਨੂੰ ਐਂਟਰਟੇਨ ਵੀ ਕਰਾਂਗੇ, ਲੇਕਿਨ ਮੈਂ ਓਨੈਸਟਲੀ ਕਹਿ ਰਿਹਾ, ਮੇਰੇ ਦਿਲੋਂ ਕਹਿ ਰਿਹਾ ਕਿ ਮੈਂ ਹੁਣੇ ਇੱਥੇ ਬੈਠ ਕੇ, ਮੈਨੂੰ ਮੇਰਾ ਦਿਲ ਨਹੀਂ ਕਰ ਰਿਹਾ ਗਾਣੇ ਚਲਾਵਾਂ, ਮੇਰਾ ਦਿਲ ਕਰ ਰਿਹਾ ਮੈਂ ਤੁਹਾਡੇ ਨਾਲ ਹੋਰ ਗੱਲਾਂ ਕਰਾਂ, ਔਰ ਇਹ ਹੋਰ ਪੁੱਛੀਏ ਤੁਹਾਨੂੰ ਕਿ ਦੱਸੀਏ। ਇੱਕ ਹੋਰ ਅਗਲਾ ਸਵਾਲ ਜਿਹੜਾ ਮੇਰੇ ਦਿਮਾਗ 'ਚ ਆ ਰਿਹਾ, ਤੁਸੀਂ 2016 ਦੇ ਵਿੱਚ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਔਰ ਕੁਛ ਦੋਸਤਾਂ ਨੇ ਕੀਤੀ, ਲੇਕਿਨ ਜੋ ਕੰਮ ਤੁਸੀਂ ਪਿਛਲੇ 2 ਸਾਲ ਦੇ, 1.5 ਜਾਂ 2 ਸਾਲ ਦੇ ਅੰਦਰ ਤੁਸੀਂ ਕੀਤੇ ਨੇ, ਕਿੰਨੀ ਫੈਮਿਲੀਜ਼, ਮੈਡੀਕਲ ਸਪੋਰਟ, ਪੜ੍ਹਾਈ ਦਾ ਸਪੋਰਟ, ਹੋਰ ਅਲੱਗ ਅਲੱਗ ਤਰੀਕੇ ਦੇ ਇੰਨੇ ਸਪੋਰਟ ਤੁਸੀਂ ਲੋਕਾਂ ਨੂੰ ਕਰ ਰਹੇ ਹੋ, ਜ਼ਾਹਿਰ ਜੀ ਗੱਲ ਹੈ ਕਿ ਇਸ ਸਪੋਰਟ ਲਈ ਇੱਕ ਬਹੁਤ ਵੱਡੀ ਟੀਮ ਚਾਹੀਦੀ ਹੈ। ਇਹ 10 ਬੰਦਿਆਂ ਦਾ ਕੰਮ ਨਹੀਂ ਹੈ, 20 ਬੰਦਿਆਂ ਦਾ ਕੰਮ ਨਹੀਂ ਹੈ, 1000 ਬੰਦਿਆਂ ਦਾ ਕੰਮ ਹੈ ਜਿਹੜਾ ਤੁਸੀਂ ਦੱਸਿਆ। ਸੋ ਇਹ ਟੀਮ ਤੁਹਾਡੀ 2 ਸਾਲ ਦੇ ਅੰਦਰ, ਜਿਹੜੀ ਕਿ ਦੋਸਤਾਂ ਤੋਂ ਸ਼ੁਰੂ ਹੋਈ ਸੀ, ਉਹ ਇੰਨੀ ਵੱਡੀ ਟੀਮ ਕਿਵੇਂ ਬਣੀ, ਕਿੰਨੀ ਵੱਡੀ ਟੀਮ ਹੈ ਤੁਹਾਡੀ, ਇਸ ਬਾਰੇ ਥੋੜਾ ਚਾਨਣਾ ਪਾਓ ਸਾਨੂੰ। ਭਾਜੀ ਜਿੱਦਾਂ ਅਸੀਂ, ਮੈਂ ਤੁਹਾਨੂੰ ਦੱਸਦਾ, ਮੈਂ ਤਾਂ ਮੰਨ ਕੇ ਚੱਲਦਾ ਭਾਜੀ ਕਰਨ ਵਾਲਾ ਸਿਰਫ ਪਰਮਾਤਮਾ ਜੀ, ਅਸੀਂ ਤਾਂ ਸਿਰਫ ਕਤਪੁਤਲੀਆਂ, ਜਿੱਦਾਂ ਉਹ ਨਚਾਉਂਦਾ ਸੀ ਨੱਚਦੇ ਹਾਂ। ਅਸੀਂ ਜਿੱਦਾਂ ਉਹ ਵੀਡੀਓ ਬਣਾਈ ਭਾਜੀ, ਸਾਡੇ ਫਰੈਂਡ ਸਰਕਲ ਨੇ ਸਾਨੂੰ ਕੰਟੈਕਟ ਕਰਨਾ ਸ਼ੁਰੂ ਕੀਤਾ ਵੀ ਨੈਕਸਟ ਟਾਈਮ ਅਗਰ ਕੋਈ ਏਦਾਂ ਦੀ ਸੇਵਾ ਹੋਏਗੀ ਤਾਂ ਸਾਨੂੰ ਦੱਸਿਓ। ਮੈਂ ਸੋਰੀ ਤੁਹਾਨੂੰ ਮਾਫੀ ਚਾਹਾਂਗਾ ਵਿੱਚ ਰੋਕ ਰਿਹਾ, ਇਹ ਸ਼ੁਰੂਆਤ ਕਿੰਨੇ ਲੋਕਾਂ ਤੋਂ ਹੋਈ, ਕਿੰਨੇ ਤੁਸੀਂ ਦੋਸਤ ਸੀਗੇ ਜਦੋਂ? ਭਾਜੀ 2 ਜਾਂ 3 ਜਣੇ ਸੀ ਅਸੀਂ। ਅੱਛਾ, ਠੀਕ ਠੀਕ ਹੈ ਜੀ। 2 ਜਣੇ ਅਸੀਂ ਗਏ ਸੀਗੇ, ਇੱਕ ਬੰਦੇ ਨੇ ਸਾਡੇ ਨਾਲ ਹੋਰ, ਉਹ 35 ਸੈਕਟਰ ਦੀ ਮਾਰਕੀਟ ਚ ਉਹਨੇ ਵੀ ਪੈਸੇ ਇਕੱਠੇ ਕਰਕੇ ਦਿੱਤੇ ਸੀਗੇ ਜੀ। ਤੇ ਇਸ ਤਰੀਕੇ ਨਾਲ ਅਸੀਂ ਭਾਜੀ ਆ ਤੁਰੇ ਸੀਗੇ, ਕਰਦੇ 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 ਫਿਰ ਅਮੈਰੀਕਾ ਦੇ ਵਿੱਚ ਅਸੀਂ ਰਜਿਸਟਰਡ ਹੋਏ ਸੈਕਰਾਮੈਂਟੋ। ਸਿਆਟਲ ਬ੍ਰਦਰਸ ਦਾ ਗਰੁੱਪ ਹੈਗਾ ਭਾਜੀ ਸਿਆਟਲ ਦੇ ਵਿੱਚ, ਉਹ 22-23 ਮੁੰਡੇ ਆ ਸਾਡੇ, 2 ਮੁੰਡੇ ਉਹਨਾਂ ਚੋਂ ਪੁਰਾਣੇ ਫਰੈਂਡ ਹੈ, ਉਹਨਾਂ ਨੇ ਸਾਨੂੰ ਕੰਟੈਕਟ ਕੀਤਾ। ਤੇ ਇਸੇ ਵੇ ਨਾਲ ਭਾਜੀ ਲਾਈਕ ਮਾਈਂਡਡ ਪੀਪਲ ਜੁੜਦੇ ਰਹੇ। ਤੇ ਮੁੰਡੇ ਏਦਾਂ ਦੇ ਆ ਭਾਜੀ, ਕੁਛ ਫੈਮਿਲੀਜ਼ ਏਦਾਂ ਦੀਆਂ, ਕੁਛ ਏਦਾਂ ਦੇ ਸਾਡੇ ਨਾਲ ਵਲੰਟੀਅਰ ਹੈਗੇ ਆ ਬਈ, ਜਿਹੜੇ ਕਿ ਕੋਈ ਟੈਕਸੀ ਚਲਾ ਰਿਹਾ, ਕੋਈ ਟਰੱਕ ਚਲਾ ਰਿਹਾ, ਕੋਈ ਸਟੋਰਾਂ ਤੇ ਹੈ, ਕੋਈ ਆਪਣੇ $10-10 ਇਕੱਠੇ ਕਰਦਾ ਭਾਜੀ। ਕਿਉਂਕਿ ਮੇਨ ਸਾਡਾ ਸੀਗਾ ਵੀ ਅਸੀਂ ਆਪਣੇ ਦਸਵੰਧ ਕੱਢਣੇ ਆ, ਤੇ ਦਸਵੰਧ ਨੂੰ ਜਿੱਥੇ ਗੁਰੂ ਮਹਾਰਾਜ ਦਾ ਹੁਕਮ ਹੋਊਗਾ ਅਸੀਂ ਉੱਥੇ ਲਾਣਾ, ਬੜੇ ਟ੍ਰਾਂਸਪਰੈਂਸ ਤਰੀਕੇ ਨਾਲ, ਬਾਕੀ ਪੂਰੀ ਪਾਰਦਰਸ਼ਾ ਹੋਵੇ, ਜਿਹਨਾਂ ਨੂੰ ਪਤਾ ਹੋਵੇ। ਵੀਡੀਓ ਬਣਾਉਣ ਦਾ ਵੀ ਭਾਜੀ ਮੇਨ ਮੁੱਦਾ ਆਹੀ ਸੀਗਾ ਪਹਿਲੀ ਵੀਡੀਓ ਦਾ, ਵੀ ਜਿਹੜਾ 22,000 ਰੁਪਇਆ ਇਕੱਠਾ ਹੋਇਆ ਸੀਗਾ, ਜਿਹੜੇ ਬੰਦਿਆਂ ਨੇ 100, 200, 500 ਰੁਪਇਆ ਦਿੱਤਾ ਸੀਗਾ, ਉਹਨਾਂ ਨੂੰ ਪਤਾ ਲੱਗੇ ਬਈ ਆਹ ਸਾਡਾ ਪੈਸਾ ਇੱਥੇ ਪਹੁੰਚ ਗਿਆ। ਮੇਨ ਸਾਡਾ ਮਕਸਦ ਆ ਸੀਗਾ ਜੀ। ਤੇ ਵਰਲਡ ਵਾਈਡ ਭਾਜੀ, ਲਾਈਕ ਆਸਟ੍ਰੇਲੀਆ, ਕੈਨੇਡਾ, ਥੋੜੇ ਥੋੜੇ ਸਾਡੇ ਦੋਸਤ ਜੁੜਦੇ ਗਏ, ਸਾਡਾ ਪਰਿਵਾਰ ਵੱਡਾ ਹੁੰਦਾ ਗਿਆ, ਤੇ ਉਹਨਾਂ ਦੇ ਮੰਥਲੀ ਦਸਵੰਧ ਆਣੇ ਸ਼ੁਰੂ ਹੋ ਗਏ। ਅੱਛਾ। ਇੱਕ ਗਰਾਊਂਡ ਟੀਮ ਖੜੀ ਹੋ ਗਈ ਉੱਥੇ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਸਾਰੇ ਵਰਕਿੰਗ ਕਲਾਸ ਵੀ ਹੈਗੇ ਆ, ਬਿਜ਼ਨਸਮੈਨ ਵੀ ਹੈਗੇ ਆ, ਪੁਲਿਸ ਵਾਲੇ ਵੀ ਹੈਗੇ ਆ, ਨੇਵੀ ਚ ਵੀ ਹੈਗੇ ਆ, ਆਰਮੀ ਚ ਵੀ ਹੈਗੇ ਆ। ਤੇ ਉਹ ਆਪਣਾ ਟਾਈਮ ਏਦਾਂ ਡਿਵੋਟ ਕਰਨ ਲੱਗੇ,
ਮੇਨ ਸਾਡੀ ਗਰਾਊਂਡ ਟੀਮ ਦੇ ਵਿੱਚ ਭਾਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਸਵਰਨਜੀਤ ਸਿੰਘ ਢਿੱਲੋਂ ਹੈਗਾ ਜਿਹੜਾ ਫਰੈਂਡ ਜੀ, ਮਤਲਬ ਕਿ ਉਹਦੇ ਨਾਲ ਭਾਜੀ ਮੈਂ ਤੁਹਾਨੂੰ ਦੱਸਦਾ ਵੀ ਸਵੇਰੇ 7 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਭਾਜੀ ਸਾਰਾ ਦਿਨ ਪੀਜੀਆਈ ਦੇ ਵਿੱਚ ਸਿਰਫ ਲੋਕਾਂ ਦੀ ਸੇਵਾ ਕਰਨੀ, ਜਿੱਥੇ ਕੀੜੇ ਪਏ ਹੋਏ ਲੱਤਾਂ ਚ ਭਾਜੀ, ਇੱਦਾਂ ਦੇ ਜ਼ਖਮ ਜਿਨ੍ਹਾਂ ਨੂੰ ਕੋਈ ਦੇਖ ਵੀ ਨਹੀਂ ਸਕਦਾ, ਉਹਨਾਂ ਦੇ ਵਿੱਚ ਉਹ ਮੇਰਾ ਫਰੈਂਡ ਇੱਕ ਇੱਦਾਂ ਦਾ ਹੈਗਾ ਵੀ ਪੱਟੀਆਂ ਕਰਨੀਆਂ ਲੋਕਾਂ ਦੀਆਂ ਜਾ ਜਾ ਕੇ, ਠੀਕ ਹੈ ਜੀ, ਡਰੈਸਿੰਗਸ ਕਰਨੀਆਂ, ਦਵਾਈਆਂ ਪ੍ਰੋਵਾਈਡ ਕਰਨੀਆਂ, ਤੇ ਉਹਨੂੰ ਉਹਦੇ ਨਾਲ ਇਸ ਵੇ ਨਾਲ ਪਰਿਵਾਰ ਵੱਡਾ ਹੋਇਆ, ਵਲੰਟੀਅਰ ਜੁੜੇ ਤੇ ਡਿਊਟੀਆਂ ਭਾਜੀ ਹੁਣ ਇੱਦਾਂ ਇਸ ਤਰੀਕੇ ਨਾਲ ਹੈ ਵੀ ਕਦੀ ਕੋਈ ਬਿਜ਼ੀ ਹੁੰਦਾ ਕਦੀ ਕੋਈ ਬਿਜ਼ੀ ਹੁੰਦਾ, ਪਰ ਸਾਡਾ ਸਾਡੇ ਲਈ ਸੁਪਰੀਮ ਸਾਡੀ ਸਰਵ ਹਿਊਮੈਨਿਟੀ ਹੈ, ਉਹ ਪਰਮਾਤਮਾ ਆਪਣੇ ਆਪ ਮੈਨੇਜ ਕਰੀ ਜਾਂਦਾ ਸਾਰਾ ਕੁਛ ਜੀ। ਨਾਲੇ ਗੁਰੂ ਸਾਹਿਬ ਭਾਜੀ ਸਰਬੱਤ ਦਾ ਭਲਾ ਨਾਮ ਉਹਨਾਂ ਨੇ ਲਾਇਆ ਨਾਲ, ਸਰਬੱਤ ਦਾ ਭਲਾ ਮੀਨਸ ਦੁਨੀਆਂ ਦਾ ਭਲਾ, ਸਾਡੇ ਸਿੱਖਾਂ ਦਾ ਮੇਨ ਸਾਡਾ ਮੇਨ ਹਿਊਮੈਨਿਟੀ, ਸਾਨੂੰ ਗੁਰੂ ਸਾਹਿਬ ਨੇ ਦੱਸਿਆ ਵੀ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ, ਅਸੀਂ ਉਹਦੇ ਤੇ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਾਂ ਭਾਜੀ। ਕਿਆ ਬਾਤ, ਕਿਆ ਬਾਤ। ਤੇ ਹੁਣ ਇਸ ਵੇਲੇ ਤੁਸੀਂ ਕਿੰਨੀ ਕੰਟਰੀਜ਼ ਵਿੱਚ ਤੁਹਾਡੇ ਸਪੋਰਟਰਸ ਹੈਗੇ ਨੇ ਜਾਂ ਤੁਹਾਡੀ ਟੀਮ ਮੈਂਬਰ, ਆਪਾਂ ਹਰ ਸਪੋਰਟਰ ਨੂੰ ਮੈਂ ਟੀਮ ਮੈਂਬਰ ਹੀ ਕਵਾਂਗਾ ਕਿਉਂਕਿ ਉਹ ਤੁਹਾਨੂੰ ਸਪੋਰਟ ਕਰ ਰਹੇ ਨੇ, ਸੋ ਕਿੰਨੇ ਕੁ ਲੋਕ ਹੋਣਗੇ ਔਰ ਕਿੰਨੇ ਕੁ ਸਪੋਰਟਰ ਤੁਹਾਨੂੰ ਲੱਗਦਾ, ਕਿੰਨੀ ਕੰਟਰੀਜ਼ ਦੇ ਵਿੱਚ ਤੁਸੀਂ ਆਪਣੇ ਇਸ ਆਰਗੇਨਾਈਜੇਸ਼ਨ ਨੂੰ ਹੁਣ ਤੱਕ ਫਲਰਿਸ਼ ਕਰ ਚੁੱਕੇ ਹੋ? ਭਾਜੀ ਅਮਰੀਕਾ, ਜਿਵੇਂ ਮੈਂ ਦੱਸਿਆ ਸੀਐਟਲ, ਸੈਕਰਾਮੈਂਟੋ, ਅਮਰੀਕਾ ਸੀ ਰਜਿਸਟਰਡ ਹੈਗੀਆਂ, ਆਸਟ੍ਰੇਲੀਆ ਹੈਗੀਆਂ ਭਾਜੀ ਜੀ, ਉਹ ਮੁੰਡੇ ਮੈਂ ਟੈਕਸੀ ਚਲਾਉਂਦੇ ਆ ਨਾਲ, ਉਹ ਮੁੰਡੇ ਪੈਸੇ ਇਕੱਠਾ ਕਰਕੇ ਭੇਜਦੇ ਆ, ਤੇ ਅਸੀਂ ਯੂਕੇ ਹੈਗੇ ਆ, ਕੈਨੇਡਾ ਹੈਗੇ ਆ ਭਾਜੀ, ਸਾਊਥ ਅਫਰੀਕਾ ਹੈਗੇ ਆ, ਇੰਡੀਆ ਹੈਗੇ ਆ, ਤੇ ਨਿਊਜ਼ੀਲੈਂਡ ਭਾਜੀ, ਇੱਥੇ ਟੋਰੋਂਗੇ ਹੈਗੇ ਆ ਭਾਜੀ, ਉਹਨੀ ਆਪਣੇ ਹਮਿਲਟਨ ਹੈਗੇ ਆ, ਉਹ ਅਸੀਂ ਇੱਥੋਂ ਦਾ ਸੰਬੰਧ ਆਪਣਾ ਭੇਜਦੇ ਆ। ਕਿਆ ਬਾਤ, ਕਿਆ ਬਾਤ, ਬਹੁਤ ਅੱਛੀ ਗੱਲ। ਤਰਜੋਤ ਜੀ, ਮੈਂ ਤੁਸੀਂ ਆਪਣੇ ਆਰਗੇਨਾਈਜੇਸ਼ਨ ਦੇ ਬਾਰੇ ਚ ਔਰ ਕੀ ਕਰਦੇ ਹੋ ਬਿਲਕੁਲ ਚਾਨਣਾ ਪਾਇਆ, ਮੈਂ ਪਹਿਲੇ ਪੁੱਛਣਾ, ਇੱਕ ਚੀਜ਼ ਸਵਾਲ ਪੁੱਛਣਾ ਚਾਹਾਂਗਾ, ਮੈਂ ਤੁਹਾਡੇ ਬਾਰੇ ਜ਼ਰੂਰ ਪੁੱਛਣਾ ਚਾਹਾਂਗਾ ਕਿ ਤੁਸੀਂ ਤੁਹਾਡਾ ਬੈਕਗ੍ਰਾਉਂਡ ਕੀ ਹੈ ਔਰ ਤੁਸੀਂ ਇਸ ਆਰਗੇਨਾਈਜੇਸ਼ਨ ਦੇ ਇੰਨੇ ਇੰਪੋਰਟੈਂਟ ਮੈਂਬਰ, ਕਾਫੀ ਸੀਨੀਅਰ ਮੈਂਬਰ ਵੀ ਹੈਗੇ ਹੋ, ਫਾਊਂਡਰ ਮੈਂਬਰ ਮੈਂ ਕਹਿ ਸਕਦਾ ਸ਼ਾਇਦ, ਤੇ ਤੁਹਾਡਾ ਕੀ ਬੈਕਗ੍ਰਾਉਂਡ ਹੈ, ਤੁਸੀਂ ਕਿਸ ਚੀਜ਼? ਮੈਂ ਭਾਜੀ ਬੇਸਿਕਲੀ ਚੰਡੀਗੜ੍ਹੀ ਬੋਰਨ ਬੋਟਮ, ਤੇ ਚੰਡੀਗੜ੍ਹ ਦੇ ਬਿਲਕੁਲ ਨਾਲ ਆਪਣਾ ਹੈਗਾ ਮੁੱਲਾਂਪੁਰ, ਉੱਥੇ ਮੇਰਾ ਕੰਮ ਸੀ, ਬਿਜ਼ਨਸ ਸੀਗਾ ਭਾਜੀ, ਤੇ ਫੈਮਿਲੀ ਮੇਰੀ ਇੱਥੇ ਨਿਊਜ਼ੀਲੈਂਡ ਹੈ। ਅੱਛਾ, ਤੇ ਇਸ ਲਈ ਮੈਂ ਉਹਨਾਂ ਨੂੰ ਮਿਲਣ ਆਇਆ ਸੀਗਾ ਇੱਥੇ। ਕਿਆ ਬਾਤ, ਬਹੁਤ ਅੱਛਾ, ਬਹੁਤ ਅੱਛਾ ਲੱਗਿਆ ਜੀ। ਜੀ ਆਇਆਂ ਨੂੰ ਉਮੀਦ ਕਰਾਂਗੇ ਕਿ ਨਿਊਜ਼ੀਲੈਂਡ ਤੁਹਾਨੂੰ ਬਹੁਤ ਪਸੰਦ ਆਏ ਔਰ ਨਿਊਜ਼ੀਲੈਂਡ ਦੇ ਸਾਰੇ ਸਰੋਤਿਆਂ ਨੂੰ ਜਿਹੜੇ ਅੱਜ ਆਕਲੈਂਡ ਦੇ ਵਿੱਚ, ਹੈਮਿਲਟਨ ਦੇ ਵਿੱਚ, ਹਰ ਜਗ੍ਹਾ ਔਰ ਐਪਸ ਦੇ ਰਾਹੀਂ ਪੂਰੀ ਦੁਨੀਆਂ ਵਿੱਚ ਸਾਨੂੰ ਸੁਣ ਰਹੇ ਨੇ, ਫੇਸਬੁੱਕ ਰਾਹੀਂ ਲਾਈਵ ਫੀਡ ਦੇਖ ਰਹੇ ਨੇ, ਮੈਂ ਗੁਜ਼ਾਰਿਸ਼ ਕਰਾਂਗਾ ਸਾਰਿਆਂ ਨੂੰ, ਦੋਸਤਾਂ ਨੂੰ, ਸਰੋਤਿਆਂ ਨੂੰ ਕਿ ਜ਼ਰੂਰ ਤੁਸੀਂ ਸਪੋਰਟ ਕਰੋ ਇਸ ਆਰਗੇਨਾਈਜੇਸ਼ਨ ਨੂੰ ਜਿਹੜੀ ਕਿ ਲੋੜਵੰਦ ਲੋਕਾਂ ਨੂੰ ਮਦਦ ਕਰ ਰਹੀ ਹੈ, ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹੈ। ਸੋ ਬਹੁਤ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਤੁਹਾਡੇ ਕਿ ਜੇਕਰ ਤੁਸੀਂ ਸਾਡੇ ਰਾਹੀਂ ਇਸ ਆਰਗੇਨਾਈਜੇਸ਼ਨ ਨਾਲ ਜੁੜ ਕੇ ਆਪਣਾ ਦਸਵੰਦ ਜਾਂ ਕਿਸੇ ਵੀ ਤਰੀਕੇ ਦੀ ਕੋਈ ਵੀ ਕੰਟਰੀਬਿਊਸ਼ਨ ਤੁਸੀਂ ਕਰੋ। ਸੋ ਜ਼ਰੂਰ ਇੱਕ ਸਵਾਲ ਮੇਰਾ ਹੋਰ ਮੇਰੇ ਦਿਮਾਗ 'ਚ ਜ਼ਹਿਨ 'ਚ ਆ ਰਿਹਾ ਜੀ, ਤੁਸੀਂ ਇਹ ਲੋੜਵੰਦ, ਤੁਸੀਂ ਗੱਲ ਕੀਤੀ ਕਿ ਬਈ ਅਸੀਂ ਇੱਕ ਫੈਮਿਲੀ ਦੀ ਮਦਦ ਕਰਨ ਗਏ ਸੀ ਔਰ 70 ਫੈਮਿਲੀ ਅੱਗੇ ਖੜੀਆਂ ਸੀਗੀਆਂ। ਹਾਂਜੀ ਭਾਜੀ, ਲੋੜਵੰਦ ਲੋਕ ਹਜ਼ਾਰ ਲੱਖ ਕਰੋੜੋਂ ਹੋਣਗੇ। ਹਾਂਜੀ ਭਾਜੀ, ਤੁਸੀਂ ਕਿਵੇਂ ਇਸ ਚੀਜ਼ ਨੂੰ ਵੈਰੀਫਾਈ ਕਰ ਪਾਉਂਦੇ ਹੋ ਕਿ ਬਈ ਇਹ ਵਾਕਈ ਲੋੜਵੰਦ ਹੈ ਜਾਂ ਇਹ ਦਿਖਾਵਾ ਕਰ ਰਿਹਾ? ਮੈਂ ਮਾਫੀ ਚਾਹਾਂਗਾ, ਐਸਾ ਹੋ ਸਕਦਾ ਮੈਨੂੰ ਲੱਗਦਾ। ਬਿਲਕੁਲ, ਤੁਹਾਡਾ ਬਹੁਤ ਜਾਇਜ਼ ਕੁਐਸਚਨ ਹੈ ਭਾਜੀ। ਸ਼ੁਰੂਆਤ ਦੇ ਵਿੱਚ ਭਾਜੀ ਅਸੀਂ ਦਗਾ ਖਾਦਾ। ਅੱਛਾ, ਸ਼ੁਰੂਆਤ ਦੇ ਵਿੱਚ ਕੁਛ ਏਦਾਂ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਸੀਗੇ ਜਿਨ੍ਹਾਂ ਦੀ ਅਸੀਂ ਮਦਦ ਕੀਤੀ, ਸਾਡੇ ਤੋਂ ਸਾਨੂੰ ਭਾਜੀ ਪਤਾ ਨਹੀਂ ਸੀਗਾ ਵੀ ਅਸੀਂ ਕੈਸ਼ ਦੇ ਦਿੰਦੇ ਸੀਗੇ, ਤੇ ਹੁਣ ਅਸੀਂ ਕੈਸ਼ ਸਿਰਫ ਦਿੰਦੇ ਹਾਂ ਭਾਜੀ, ਜਿਹਨੂੰ ਕਹਿੰਦੇ ਨਾ ਬੇਸਿਕ ਨੈਸੈਸਿਟੀਜ਼ ਲਈ ਨਹੀਂ ਜਿੰਨਾ ਚਾਹੀਦਾ ਹੁੰਦਾ, ਸਿਰਫ ਉਹਨਾਂ 2000-3000, ਇਸ ਤੋਂ ਬਾਅਦ ਅਸੀਂ ਕੈਸ਼ ਨਹੀਂ ਜੇ ਦਿੰਦੇ। ਅਸੀਂ ਕੈਸ਼ ਦੇ ਦਿੱਤਾ ਤੇ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਪੈਸਾ ਜਿਸ ਕੰਮ ਲਈ ਦਿੱਤਾ ਸੀ ਉਸ ਕੰਮ ਲਈ ਯੂਜ਼ ਨਹੀਂ ਜੇ ਹੋਇਆ। ਅੱਛਾ, ਉਹ ਵੀ ਪਰਮਾਤਮਾ ਨੇ ਸਾਨੂੰ ਸਿੱਖ ਦੇਣੀ ਸੀਗੀ, ਅਸੀਂ ਉਸ ਚੀਜ਼ ਤੋਂ ਸਿੱਖੇ, ਉਸ ਤੋਂ ਬਾਅਦ ਅਸੀਂ ਕੈਸ਼ ਦੇਣਾ ਜੀ ਬੰਦ ਕਰ ਦਿੱਤਾ। ਇਸ ਲਈ ਹੁਣ ਅਸੀਂ ਜੋ ਵੀ ਕੇਸ ਸਾਡੇ ਕੋਲ ਆਉਂਦਾ ਭਾਜੀ, ਉਹ ਪਹਿਲਾਂ ਸਾਡਾ ਇੱਕ ਕੋਰ ਗਰੁੱਪ ਹੈ, ਫਾਊਂਡਰਸ ਦਾ ਗਰੁੱਪ ਹੈ, ਉਹਦੇ ਵਿੱਚ ਅਸੀਂ ਸਾਰਾ ਡਿਸਕਸ ਕਰਦੇ ਹਾਂ ਕੇਸ, ਫਿਰ
ਵੋਲੰਟੀਅਰਸ ਜਾ ਕੇ ਜਿੱਥੋਂ ਉਸ ਕੇਸ ਦੀ ਸਾਨੂੰ ਦੱਸ ਪੈਂਦੀ ਹੈ ਉਹਨਾਂ ਨਾਲ ਜਾ ਕੇ ਉਸ ਕੇਸ ਦੀ ਪ੍ਰੋਪਰ ਪੈਰਵਾਈ ਕੀਤੀ ਜਾਂਦੀ ਹੈ, ਉਹਦੇ ਬਾਰੇ ਪਤਾ ਕੀਤਾ ਜਾਂਦਾ ਵੀ ਇਹ ਵਾਕਈ ਹੀ ਲੋੜਵੰਦ ਹੈ। ਜਦੋਂ ਸਾਨੂੰ ਇਸ ਚੀਜ਼ ਦਾ ਪੱਕਾ ਹੋ ਜਾਂਦਾ ਵੀ ਆਹ ਵਾਕਈ ਹੀ ਆ ਕੇਸ ਨੀਡੀ ਕੇਸ ਹੈ ਤਾਂ ਅਸੀਂ ਉਹ ਕੇਸ ਲੈ ਲੈਂਦੇ ਹਾਂ। ਤੇ ਉਹ ਪੈਸਾ ਜਿਸ ਚੀਜ਼ ਲਈ ਆਇਆ ਉੱਥੇ ਲੱਗਣਾ ਉਹ ਸਾਡੀ ਜ਼ਿੰਮੇਵਾਰੀ ਹੈ। ਬਿਲਕੁਲ ਸਾਡੀ ਜ਼ਿੰਮੇਵਾਰੀ ਹੈ ਭਾਜੀ ਉੱਥੇ। ਤੇ ਸਾਡਾ ਅਸੀਂ ਆਡਿਟ ਫੇਸਬੁੱਕ ਦੇ ਪੇਜ ਤੇ ਗਰੁੱਪਸ ਦੇ ਵਿੱਚ ਜਿਹੜੇ ਸਾਡੇ ਜਿੰਨੇ ਵੀ ਮੈਂਬਰਸ ਜੁੜੇ ਹੋਏ ਆ ਅਸੀਂ ਮੰਥਲੀ ਇੱਕ ਇੱਕ ਬਿੱਲ ਕੋਈ ਵੀ ਸੇਵਾ ਲਈ ਅਸੀਂ ਜਦੋਂ ਜਾਂਦੇ ਹਾਂ ਉੱਥੇ ਚਾਹੇ ਅਸੀਂ 250 ਰੁਪਏ ਦਾ ਕਿਸੇ ਲਈ ਫਰੂਟ ਵੀ ਲਿੱਤਾ ਹੈ ਨਾ ਕਿਸੇ ਪੇਸ਼ੈਂਟ ਵਾਸਤੇ ਅਸੀਂ ਉਹਦਾ ਵੀ ਅਪਡੇਟ ਨਾਲ ਹੁੰਦਾ। ਜਿਹਦਾ ਬਿੱਲ ਨਹੀਂ ਹੁੰਦਾ ਤਾਂ ਉਹਦੀਆਂ ਪਿਕਚਰਸ ਹੁੰਦੀਆਂ ਦਾ ਪ੍ਰੂਫ ਜ਼ਰੂਰ ਹੁੰਦਾ ਇੱਕ ਇੱਕ ਪੈਨੀ ਦਾ ਭਾਜੀ ਇੱਕ ਇੱਕ ਪੈਨੀ ਦਾ ਆਪਣੇ ਵੱਲੋਂ ਆਪਣੇ ਵੱਲੋਂ ਨੀ ਸਾਡਾ ਭਾਜੀ ਪ੍ਰੋਪਰ ਜਿਹਨੂੰ ਕਹਿੰਦੇ ਨਾ ਅਸੀਂ ਸਾਡਾ ਮੇਨ ਪਿੱਲਰ ਹੀ ਆਈ ਹੈ ਵੀ ਅਸੀਂ ਪੂਰੀ ਟ੍ਰਾਂਸਪਰੈਂਸੀ ਰੱਖਣੀ ਇਸ ਚੀਜ਼ ਤੇ ਜੀ ਤੇ ਉਹ ਉਹ ਉਦਾਂ ਹੀ ਚੱਲ ਰਿਹਾ ਭਾਜੀ। ਠੀਕ ਬਿਲਕੁਲ। ਜਿੰਨੀ ਵੀ ਇਹ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਜਾਂ ਚੈਰਿਟੀ ਹੁੰਦੀ ਹੈ ਇਹਨੂੰ ਪਹਿਲੇ ਆਪਾਂ ਗੱਲ ਕੀਤੀ ਕਿ ਇਹਨੂੰ ਚਲਾਉਣ ਲਈ ਬੰਦੇ ਚਾਹੀਦੇ ਹੁੰਦੇ ਨੇ। ਹਾਂਜੀ। ਸੋ ਜ਼ਾਹਿਰ ਜੀ ਗੱਲ ਹੈ ਜੀ ਬੰਦੇ ਹੁਣ ਜੇ ਤੁਸੀਂ ਮੈਨੂੰ ਵੀ ਮੈਂ ਕੋਈ ਕੰਮ ਕਰਨਾ ਹੈ ਤੇ ਮੈਂ ਪੂਰਾ ਦਿਨ ਆਪਣੇ ਕੰਮ ਤੇ ਹੈਗਾ ਜਾਂ ਜਿੰਨੇ ਵੀ ਟਾਈਮ ਮੈਂ ਕੰਮ ਤੇ ਹੈਗਾ ਉਸ ਤੋਂ ਬਾਅਦ ਸਾਰੇ ਵਰਕਿੰਗ ਕਲਾਸ ਜਾਂ ਬਿਜ਼ਨਸਮੈਨ ਹੀ ਹੈਗੇ ਨੇ ਤੁਸੀਂ ਦੱਸਿਆ ਬਿਜ਼ਨਸ ਚਲਾਉਂਦੇ ਨੇ ਤੇ ਤੁਹਾਨੂੰ ਫੁੱਲ ਟਾਈਮ ਬੰਦਿਆਂ ਦੀ ਵੀ ਲੋੜ ਪੈਂਦੀ ਹੋਏਗੀ ਸ਼ਾਇਦ। ਅਸੀਂ ਲੋਕਾਂ ਲਈ ਪਰਮਾਤਮਾ ਨੇ ਛਿੱਤਾਂ ਵੀ ਪਵਾਈਆਂ, ਅਸੀਂ ਲੋਕਾਂ ਨੂੰ ਟ੍ਰਾਈ ਸਾਈਕਲ ਲੱਖਾਂ ਦੀ ਦਵਾਈਆਂ ਵੀ ਦਿੱਤੀਆਂ ਪਰ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਨਹੀਂ ਹੈਗੀ। ਇਹ ਸਿਰਫ ਜਿਹੜੇ ਸਾਡੇ ਸਾਡਾ ਪਰਿਵਾਰ ਹੈਗਾ ਆਪ ਦਾ ਉਹ ਜਿਹੜੇ ਦਸਵੰਧ ਇਕੱਠੇ ਹੁੰਦੇ ਆ ਉਹੀ ਅਸੀਂ ਡਿਸਟ੍ਰੀਬਿਊਟ ਕਰਦੇ ਹਾਂ। ਇਸ ਲਈ ਸਾਡਾ ਬੜਾ ਸਾਫ ਤੇ ਭਾਜੀ ਸਪਸ਼ਟ ਜਿਹਾ ਹੈਗਾ ਵੀ ਸਾਡਾ ਕੋਲ ਜਿਹੜੇ ਬੰਦੇ ਸਾਡੀ ਸੋਚ ਵਾਲੇ ਹੈਗੇ ਆ ਉਹ ਆ ਕੇ ਸਾਡੇ ਨਾਲ ਕੰਮ ਕਰਦੇ ਆ ਭਾਜੀ। ਰਿਟਾਇਰਡ ਲੋਕ ਲਾਈਕ ਸਾਡੇ ਹੇਮਾ ਮੈਮ ਹੈਗੇ ਆ, ਅੰਕਲ ਜੀ ਹੈਗੇ ਆ, ਉਹ ਬਹੁਤ ਵਧੀਆ ਰੁਤਬਿਆਂ ਤੋਂ ਜਿਹਨੂੰ ਕਹਿੰਦੇ ਆ ਰਿਟਾਇਰ ਹੋਏ ਹੋਏ ਆ ਉਹਨਾਂ ਦੀ ਉਹ ਸਾਡੇ ਨਾਲ ਆ ਕੇ ਕੰਮ ਕਰ ਰਹੇ ਆ ਭਾਜੀ। ਏਦਾਂ ਦੇ ਉਹਨਾਂ ਨੂੰ ਦੇਖ ਕੇ ਲਾਈਕ ਕਾਫੀ ਲੋਕ ਸਾਡੇ ਨਾਲ ਜੁੜੇ ਹੈਗੇ ਆ ਜਿਹੜੇ ਵਲੰਟੀਅਰ ਕਈ ਪੈਕ ਦੇ ਸਟੂਡੈਂਟਸ ਹੈਗੇ ਆ ਭਾਜੀ, ਨਾਲ ਪੈਕ ਤੁਹਾਨੂੰ ਪਤਾ ਹੋਣਾ ਯੂਨੀਵਰਸਿਟੀ ਦੇ ਹੈਗੇ ਆ ਤੇ ਇਸ ਤਰੀਕੇ ਨਾਲ ਭਾਜੀ ਇਹ ਕੰਮ ਚੱਲ ਰਿਹਾ। ਸਿਰਫ ਵਲੰਟੀਅਰਸ ਦੀ ਸਾਨੂੰ ਹੈਗਾ ਵੀ ਟੋਟਲੀ ਵਲੰਟੀਅਰ ਜੋਬ ਹੈਗੀ ਹੈ ਭਾਜੀ ਟੋਟਲੀ। ਹਾਂਜੀ ਭਾਜੀ ਕਿਆ ਬਾਤ ਹੈ ਜੀ ਬਹੁਤ ਤੇ ਸਾਡੇ ਭਾਜੀ ਏਦਾਂ ਬਈ ਜਿਵੇਂ ਜਿਹੜੇ ਲੋਕ ਪੀਜੀਆਈ ਆ ਕੇ ਰਹਿੰਦੇ ਆ ਪੀਜੀਆਈ ਦੇ ਵਿੱਚ ਅਰਾਊਂਡ ਤਕਰੀਬਨ 7 ਸਟੇਟਸ ਤੋਂ ਪੇਸ਼ੈਂਟਸ ਆ ਰਹੇ ਆ ਤੇ ਉਹਨਾਂ ਨੂੰ ਪੀਜੀਆਈ ਸੰਭਾਲ ਰਹੇ ਆ। ਪੀਜੀਆਈ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈਗਾ ਜਿਹੜਾ ਕਿ ਲੋਕਾਂ ਨੂੰ ਜਿਹੜੇ ਪੇਸ਼ੈਂਟਸ ਉੱਥੇ ਆ ਰਹੇ ਆ ਉਹਨਾਂ ਨੂੰ ਰੋਟੀ ਪ੍ਰੋਵਾਈਡ ਕਰਦਾ, ਰਹਿਣ ਨੂੰ ਸਰਾਂ ਦਿੰਦਾ। ਪਰ ਉੱਥੇ ਮੇਨ ਜੋ ਨੀਡ ਸੀਗੀ ਅਸੀਂ ਦੇਖੀ ਵੀ ਉੱਥੇ ਲੋਕਾਂ ਨੂੰ ਦਵਾਈਆਂ ਦੀ ਨੀਡ ਸੀਗੀ। ਉੱਥੇ ਕੌਣ ਆਉਂਦਾ ਭਾਜੀ ਜਿਹੜਾ ਜਿਹੜਾ ਕਿ ਬਿਲਕੁਲ ਐਂਡ ਪੁਆਇੰਟ ਤੇ ਆਇਆ ਹੋਇਆ ਜੀ ਜੀ, ਉਹਨਾਂ ਦੀ ਫੈਮਿਲੀਜ਼ ਵੀ ਨਾਲ ਆਉਂਦੀਆਂ, ਉਹਨਾਂ ਦੇ ਬੱਚੇ ਵੀ ਆਉਂਦੇ ਆ। ਲੋਕ ਏਦਾਂ ਦੇ ਵੀ ਹੈਗੇ ਜਿਹੜੇ ਤਿੰਨ ਤਿੰਨ ਚਾਰ ਚਾਰ ਸਾਲ ਤੋਂ ਪੀਜੀਆਈ 'ਚ ਹੈਗੇ, ਉਹਨਾਂ ਦੇ ਬੱਚੇ ਉੱਥੇ ਪੜ੍ਹ ਰਹੇ ਆ। ਉੱਥੇ ਇੱਕ ਹੋਰ ਸਾਡੇ ਹੈਗੇ ਆ ਭਾਈ ਸਾਹਿਬ, ਉਹ ਕਾਫੀ ਅੱਛਾ ਕੇਅਰ ਕਰ ਰਹੇ ਆ ਉਹਨਾਂ ਦੀ ਤੇ ਅਸੀਂ ਉਹ ਬੱਚਿਆਂ ਨੂੰ ਇੱਕ ਅੱਛਾ ਭਵਿੱਖ ਦੇਣ ਲਈ ਪੂਰੀ ਪੁਰਜ਼ੋਰ ਕੋਸ਼ਿਸ਼ ਕਰਦੇ ਹਾਂ। ਉਹ ਬੱਚਿਆਂ ਨੂੰ ਹਰ ਚੀਜ਼ ਦਾ ਅਹਿਸਾਸ ਕਰਾਉਣ ਨੂੰ ਉਹਨਾਂ ਨੂੰ ਟ੍ਰਿਪਸ ਤੇ ਲੈ ਕੇ ਜਾਂਦੇ ਹਾਂ। ਉਹਨਾਂ ਨੂੰ ਪਿੱਛੇ ਜੇ ਅਸੀਂ ਕਸੌਲੀ ਲੈ ਕੇ ਗਏ ਸੀਗੇ ਤਕਰੀਬਨ ਮੇਰੇ ਅਕੋਰਡਿੰਗ 70-75 ਬੱਚੇ ਸੀਗੇ, ਕਿਸੇ ਦੇ ਕੋਈ ਕੁਛ ਆਪ ਕੈਂਸਰ ਪੀੜਿਤ ਬੱਚੇ ਸੀਗੇ, ਕਿਸੇ ਦੇ ਮਦਰ ਨੂੰ ਕੋਈ ਉਹਦੇ ਕਿਸੇ ਦੇ ਮਦਰ ਪੇਸ਼ੈਂਟ ਹੈ, ਕਿਸੇ ਦੇ ਫਾਦਰ ਪੇਸ਼ੈਂਟ ਹੈ ਤੇ ਉਹ ਬੱਚੇ ਕਿੱਥੇ ਰਹਿਣ, ਉੱਥੇ ਹੀ ਉਹਨਾਂ ਦੇ ਆਪਣੇ ਪੇਰੈਂਟਸ ਦੇ ਨਾਲ ਹੀ ਜਾਣਗੇ। ਤੇ ਏਦਾਂ ਦੇ ਵੀ ਸਾਨੂੰ ਵਲੰਟੀਅਰਸ ਦੀ ਲੋੜ ਹੈਗੀ ਆ ਜਿਹੜੇ ਕਿ ਉਹ ਬੱਚਿਆਂ ਲਈ ਕੋਈ ਉਹਨਾਂ ਨੂੰ ਸਟੱਡੀ ਕਰਵਾ ਸਕਣ, ਠੀਕ ਹੈ ਜੀ,
ਵੀਕਲੀ ਕੁਛ ਨਾ ਕੁਛ ਆਪਣੀ ਸੇਵਾਵਾਂ ਨਿਭਾਉਂਦੇ ਆ ਜੀ। ਭਾਜੀ ਲੋੜ ਤਾਂ ਬਹੁਤ ਜ਼ਿਆਦਾ ਹੈਗੀ ਹੈ ਕਿਉਂਕਿ ਇਹ ਸਮੁੰਦਰ ਹੈ ਭਾਜੀ, ਸਮੁੰਦਰ ਦੇ ਵਿੱਚ ਇੱਕ ਬੂੰਦ ਅੰਮ੍ਰਿਤ ਦਾ ਤੁਹਾਡੇ ਦਸਵੰਧ ਦਾ ਬੂੰਦ ਬੂੰਦ ਕਰਕੇ ਇਹ ਚੀਜ਼ ਭਾਜੀ ਭਰਨੀ ਹੈ ਬਿਲਕੁਲ। ਕਿਉਂਕਿ ਅਗਰ ਆਪਾਂ ਦੁਨਿਆਵੀ ਜ਼ਿੰਦਗੀ ਜੀ ਰਹੇ ਹਾਂ ਭਾਜੀ, ਦੁਨਿਆਵੀ ਜ਼ਿੰਦਗੀ ਦੇ ਵਿੱਚ ਦੁੱਖ ਦੇ ਨਾਲ ਸੁੱਖ ਹੈ ਹੀ ਹੈ ਤੇ ਲੋਕ ਪਰਮਾਤਮਾ ਦਾ ਭਾਣਾ ਕਈ ਕਹਿੰਦੇ ਵੀ ਕਈ ਦੁੱਖ ਚ ਵੀ ਸੁੱਖ ਸੁੱਖ ਮੰਨਦੇ ਆ, ਕਈ ਸੁੱਖ ਚ ਵੀ ਦੁੱਖ ਮੰਨਦੇ ਆ, ਠੀਕ ਹੈ ਜੀ। ਤੇ ਹੁਣ ਇਹ ਹੈ ਪਰ ਜਿਹੜੇ ਐਕਚੁਅਲ ਦੇ ਵਿੱਚ ਦੁਖੀ ਹੈ ਉਹਨਾਂ ਲਈ ਸਾਡੇ ਫਰਜ਼ ਹੈ ਬਈ ਅਸੀਂ ਉਹਨਾਂ ਲਈ ਇੱਕ ਇਨਸਾਨੀਅਤ ਨਿਭਾਣੀ ਹੈ ਜੀ। ਸਾਡੀ ਆਰਗੇਨਾਈਜੇਸ਼ਨ ਭਾਜੀ ਨਾ ਕਲਰ ਨਾ ਕਾਸਟ ਨਾ ਹਿੰਦੂ ਨਾ ਮੁਸਲਮਾਨ ਨਾ ਸਿੱਖ ਨਾ ਕੋਈ ਧਰਮ ਨੀ ਭਾਜੀ, ਸਾਡਾ ਇੱਕੋ ਧਰਮ ਹੈ ਹਿਊਮੈਨਿਟੀ, ਇਨਸਾਨੀਅਤ, ਸਿਰਫ ਇਨਸਾਨੀਅਤ, ਸਿਰਫ ਇਨਸਾਨੀਅਤ। ਸਾਨੂੰ ਸਾਡੇ ਫੇਸਬੁੱਕ ਪੇਜ ਤੇ ਭਾਜੀ ਮੈਸੇਜਸ ਸਾਨੂੰ ਜੰਮੂ ਤੋਂ ਵੀ ਆਉਂਦੇ ਆ, ਸਾਨੂੰ ਹਰਿਆਣੇ ਤੋਂ ਵੀ ਆਉਂਦੇ ਆ, ਦਿੱਲੀ ਤੋਂ ਵੀ ਆਉਂਦੇ ਆ, MP ਤੋਂ ਵੀ ਆਉਂਦੇ ਆ, ਜਿਹੜੇ ਜਿਹਨਾਂ ਨੂੰ ਲੋੜ ਹੈਗੀ ਆ ਜਿਹੜੇ ਕਿ ਕੰਟੈਕਟ ਕਰਦੇ ਆ। ਸਾਡੇ ਵਿੱਚ ਕੋਈ ਵੀ ਇਹ ਚੀਜ਼ ਨਹੀਂ ਹੈਗਾ ਵੀ ਅਸੀਂ ਕਿਸ ਚੀਜ਼ ਨੂੰ ਸਾਡੇ ਅਸੀਂ ਉਹ ਚੀਜ਼ ਕਰ ਰਹੇ ਹਾਂ ਜੋ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਿਖਾਇਆ, ਸਿਰਫ ਅਸੀਂ ਉਹੀ ਚੀਜ਼ ਕਰ ਰਹੇ ਹਾਂ। ਬਹੁਤ ਵਧੀਆ ਜੀ, ਬੜਾ ਅੱਛਾ ਲੱਗਿਆ ਇਹ ਚੀਜ਼ਾਂ ਸੁਣ ਕੇ ਕਿ ਬਈ ਸਾਰੇ ਵਾਲੰਟੀਅਰਸ ਨੇ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿਉਂਕਿ ਕਈ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਜਿਨ੍ਹਾਂ ਦੇ ਕੋਲ ਸੈਲਰੀਡ ਲੋਕ ਹੁੰਦੇ ਨੇ ਤੇ ਉਹ ਫਿਰ ਇਹੀ ਲੱਗਦਾ ਕਿ ਯਾਰ ਜਿਨ੍ਹਾਂ ਦਾ ਦਸਵੰਧ ਜਾ ਰਿਹਾ ਉਹ ਤਨਖਾਹਾਂ 'ਚ ਜਾ ਰਿਹਾ ਜਾਂ ਕੋਈ ਕੰਮ ਵੀ ਹੋ ਰਿਹਾ, ਇਹ ਹਰ ਕਿਸੇ ਦੇ ਦਿਮਾਗ ਸਵਾਲ ਆਉਂਦਾ। ਮੈਂ ਇੱਕ ਐਸ ਏ ਲੇਮਨ ਪੁੱਛ ਰਿਹਾ ਭਾਜੀ, ਅਗਰ ਅਸੀਂ ਮੈਂ ਤੁਹਾਨੂੰ ਬਹੁਤ ਡਿਟੇਲ ਤੁਹਾਨੂੰ ਸਮਝ ਆਏਗੀ ਹੁਣ, ਅਗਰ ਅਸੀਂ ਮੰਨ ਲਓ ਤਰਨ ਤਾਰਨ ਸਾਹਿਬ ਜਾਣਾ ਹੈ, ਤਰਨ ਤਾਰਨ ਅਸੀਂ ਪਿੱਛੇ ਇੱਕ ਫੈਮਿਲੀ ਦਾ ਘਰ ਬਣਾ ਕੇ ਦਿੱਤਾ ਸੀਗਾ ਭਾਜੀ ਉੱਥੇ, ਜਾਂ ਕਿਤੇ ਵੀ ਜਾਣਾ ਅਸੀਂ ਕਿਤੇ ਵੀ ਜਾਣਾ ਚੰਡੀਗੜ੍ਹ ਤੋਂ, ਅਸੀਂ ਦਸਵੰਧਾਂ ਦੇ ਪੈਸੇ ਦੇ ਵਿੱਚੋਂ ਭਾਜੀ ਆਪਣੀ ਗੱਡੀ ਚ ਤੇਲ ਵੀ ਨਹੀਂ ਪਾਉਂਦੇ, ਉਹ ਜਿਸ ਕੰਮ ਲਈ ਪੈਸੇ ਆਏ ਆ ਉੱਥੇ ਹੀ ਜਾਣਗੇ। ਆਲ ਆਰ ਫਰੋਮ ਵੈਰੀ ਵੈਲ ਟੂ ਡੂ ਫੈਮਿਲੀ, ਠੀਕ ਹੈ ਜੀ, ਸਭ ਪਰਮਾਤਮਾ ਨੇ ਇੰਨਾ ਕੁ ਦਿੱਤਾ ਹੋਇਆ ਵੀ ਅਸੀਂ ਆਪਣਾ ਗੁਜ਼ਾਰਾ ਕਰ ਸਕਦੇ ਹਾਂ ਤੇ ਸਾਰੇ ਜਿੰਨੇ ਵਲੰਟੀਅਰਸ ਮੇਨ ਸਾਡਾ ਫਾਊਂਡਰ ਗਰੁੱਪ ਹੈਗਾ ਕਹਿ ਲਓ ਜਿਹੜੇ ਕਿ ਗਰਾਊਂਡ ਟੀਮ ਤੇ ਕੰਮ ਕਰ ਰਹੇ ਹੈਗੇ ਆ ਜਾਂ ਕੁਛ ਅਮੈਰੀਕਾ ਬੈਠੇ ਆ, ਠੀਕ ਹੈ ਜੀ, ਉਹ ਬੰਦੇ ਉਹਨਾਂ ਨੂੰ ਪਤਾ ਹੈ ਬਈ ਇਸ ਚੀਜ਼ ਦੀ ਲੋੜ ਨਹੀਂ ਹੈਗੀ, ਜਿਸ ਚੀਜ਼ ਲਈ ਲੋੜ ਹੈ ਉੱਥੇ ਪੈਸਾ ਪਹੁੰਚਿਆ ਬਸ, ਤੇ ਚਾਹ ਚੜ ਭਾਜੀ ਅਸੀਂ ਤਾਂ ਬਹੁਤ ਜ਼ਿਆਦਾ ਅਸੀਂ ਆਪਣੇ ਆਪ ਨੂੰ ਦੱਸ ਨਹੀਂ ਸਕਦੇ ਵੀ ਕਿੰਨਾ ਕੁ ਭਾਗਸ਼ਾਲੀ ਸਮਝਦੇ ਪਰਮਾਤਮਾ ਨੇ ਸਾਨੂੰ ਇਸ ਉਮਰ ਦੇ ਵਿੱਚ ਇੰਨੀ ਕੁ ਇਸ ਪਾਸੇ ਨੂੰ ਲਾਇਆ। ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੇ ਤੁਸੀਂ ਇਹ ਕਾਰਜ ਜਿਹੜਾ ਕਰ ਰਹੇ ਹੋ ਤੁਸੀਂ ਬਹੁਤ ਹੀ ਅੱਛਾ ਕਾਰਜ ਹੈ ਔਰ ਉਮੀਦ ਕਰਾਂਗੇ ਕਿ ਤੁਸੀਂ ਇਹਨੂੰ ਕੰਟੀਨਿਊ ਰੱਖੋ। ਮੈਂ ਤੁਹਾਡੇ ਨਾਲ ਗੁਸਤਾਖੀ ਮਾਫ, ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਦੋਸਤੋ ਮੈਂ ਸਰੋਤਿਓ ਥੋੜ੍ਹਾ ਜਿਹਾ ਡੀਲੇ ਹੋ ਗਿਆ ਸੀਗਾ, ਓਕੇ। ਸੋ ਸਾਡੇ ਡਾਇਰੈਕਟਰ ਸਾਹਿਬ ਹਰਕੀਰਤ ਜੀ ਉਹਨਾਂ ਨੇ ਹੁਣੇ ਮੈਨੂੰ ਮੈਸੇਜ ਭੇਜਿਆ ਕਿ ਅਸੀਂ ਇਸ ਆਰਗੇਨਾਈਜੇਸ਼ਨ ਨੂੰ ਸਾਡੇ ਵਾਲਾ ਰੇਡੀਓ ਵੱਲੋਂ ਨਿਊਜ਼ੀਲੈਂਡ ਵਿੱਚ ਜੋ ਵੀ ਮਤਲਬ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਲੋਕਾਂ ਨਾਲ ਜੋੜੀਏ, ਲੋਕਾਂ ਨੂੰ ਤੁਹਾਡੀ ਆਰਗੇਨਾਈਜੇਸ਼ਨ ਨਾਲ ਜੋੜੀਏ, ਲੇਕਿਨ ਰੇਡੀਓ ਸਾਡੇ ਵਾਲਾ ਇਸ ਸਫ਼ਰ ਦਾ ਪਹਿਲੇ ਤੁਹਾਡੇ ਨਾਲ ਜੁੜ ਰਿਹਾ ਅੱਜ ਔਰ ਉਹਨਾਂ ਵੱਲੋਂ ਮੈਸੇਜ ਹੈ ਕਿ ਅਸੀਂ ਕੁਛ ਡੋਨੇਸ਼ਨ ਸਾਡੇ ਵਾਲਾ ਦੀ ਟੀਮ ਵੱਲੋਂ ਇੱਕ ਡੋਨੇਸ਼ਨ ਵੀ ਕਰਾਂਗੇ। ਨਹੀਂ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜ ਕੇ ਸਾਨੂੰ ਇੰਨਾ ਚਾਨਣਾ ਪਾਇਆ ਕਿ ਤੁਹਾਡੀ ਟੀਮ ਜਿਹੜੀ ਕਿ ਯੰਗਸਟਰਸ ਦੀ ਟੀਮ ਹੈ ਸਾਨੂੰ ਇੰਸਪੀਰੇਸ਼ਨ ਮਿਲ ਰਹੀ ਹੈ। ਮੈਂ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਹੁਣ ਨਿਊਜ਼ੀਲੈਂਡ ਆਏ ਹੋਏ ਹੋ, ਤੁਹਾਡੀ ਟੀਮ ਇੰਡੀਆ 'ਚ ਹੈਗੀ ਹੈ, ਨਿਊਜ਼ੀਲੈਂਡ ਦੇ ਸਰੋਤੇ ਜਿਹੜੇ ਅੱਜ ਸਾਨੂੰ ਸੁਣ ਰਹੇ ਨੇ ਜਾਂ ਨਿਊਜ਼ੀਲੈਂਡ ਦੀ ਜਿੰਨੇ ਵੀ ਲੋਕ ਨੇ ਉਹ ਤੁਹਾਡੀ ਆਰਗੇਨਾਈਜੇਸ਼ਨ ਨੂੰ ਕਿਸ ਤਰੀਕੇ ਨਾਲ ਸਪੋਰਟ ਕਰ ਸਕਦੇ ਨੇ ਔਰ ਕਿਸ ਤਰੀਕੇ ਨਾਲ ਤੁਹਾਡਾ ਹਿੱਸਾ ਬਣ ਸਕਦੇ ਨੇ, ਸੋ ਇਸ ਬਾਰੇ ਥੋੜ੍ਹਾ ਜਿਹਾ ਇਨਫੋਰਮੇਸ਼ਨ ਦਿਓ। ਹਾਂਜੀ ਭਾਜੀ, ਹੁਣ ਮੈਂ ਇਹਦੇ ਇਸ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਨਿਊਜ਼ੀਲੈਂਡ ਦੀ ਗੱਲ ਦੱਸਣਾ ਚਾਹੁੰਦਾ। ਮੈਂ ਨਾ ਭਾਜੀ ਜਿਵੇਂ ਨਿਊਜ਼ੀਲੈਂਡ ਆਇਆ ਤੁਸੀਂ ਮੇਰੇ ਪੇਜ ਤੇ ਦੇਖੋਗੇ ਵੀ ਬਈ ਕੁਛ ਪਿਕਚਰ ਸੀਗੀਆਂ ਸਾਡੀਆਂ, ਬਈ ਅਸੀਂ ਇੱਕ ਦਿਨ ਕੁਈਨ ਸਟਰੀਟ ਜਾ ਕੇ ਜਿਹੜੇ ਹੋਮਲੈਸ ਹੈ ਨਾ ਉਹਨਾਂ ਨੂੰ ਮੈਂ ਫੂਡ ਦਿੱਤਾ, ਮੈਨੂੰ ਨਹੀਂ ਪਤਾ ਸੀਗਾ। ਜਦੋਂ ਫੂਡ ਉਹਨਾਂ ਨੂੰ ਦੇ ਕੇ ਆਇਆ, ਗੁਰੂ ਨਾਨਕ ਪਾਤਸ਼ਾਹ ਦੀ ਕਿਚਨ ਹੈ ਭਾਜੀ, 20 ਰੁਪਏ ਦਾ ਉਹਨਾਂ ਨੇ ਲੰਗਰ ਚਲਾਇਆ ਸੀਗਾ ਜੀ, ਤੇ ਮੇਰਾ ਫਰਜ਼ ਸੀਗਾ ਵੀ ਮੈਂ ਇੱਥੇ ਵੀ ਉਹੀ ਚੀਜ਼ ਸੀਗੀ ਵੀ ਮੈਂ ਕੁਛ ਇੱਥੇ ਤਾਂ ਕਰਾਂ, ਮੈਨੂੰ ਸਮਝ ਨਹੀਂ ਆ ਰਹੀ ਸੀ ਵੀ ਇੱਥੇ ਕੀ ਕੀਤਾ ਜਾਵੇ। ਜਦੋਂ ਜਾ ਕੇ ਉਹ ਡਿਸਟ੍ਰੀਬਿਊਟ ਕੀਤਾ ਤਾਂ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਲੋਕਾਂ ਨੂੰ ਡੋਲ ਮਿਲਦੀ ਹੈ,
ਉਹ ਲੋਕ ਆਪਣੇ ਘਰ ਰੈਂਟ ਤੇ ਦਿੱਤੇ ਹੋਏ ਉਹਨਾਂ ਨੇ ਤੇ ਆਪ ਉਹ ਸੜਕਾਂ ਤੇ ਰਹਿ ਰਹੇ ਹੈ ਤੇ ਉਹ ਅੱਛਾ ਅਰਨ ਕਰ ਰਹੇ ਹੈ ਤੇ ਉਹ ਕੁਛ ਨੀ ਕਰਨਾ ਚਾਹੁੰਦੇ ਬੇਸਿਕਲੀ ਉਹ ਕੁਛ ਨੀ ਕਰਨਾ ਚਾਹੁੰਦੇ ਉਹ ਮੰਗ ਕੇ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਹੈ ਤੇ ਇਹੀ ਚੀਜ਼ ਮੈਂ ਕੰਪੇਅਰ ਕੀਤੀ ਇੰਡੀਆ ਨਾਲ ਭਾਜੀ ਇੰਡੀਆ ਦੇ ਵਿੱਚ ਲੋੜਵੰਦ ਭਾਜੀ ਲੱਖਾਂ ਕਰੋੜਾਂ ਚ ਜ਼ਰੂਰ ਬਿਲਕੁਲ ਜਿਹਨੂੰ ਕਹਿੰਦੇ ਵਾਕੇ ਹੀ ਲੋੜਵੰਦ ਤੁਸੀਂ ਆਪ ਇਮੈਜਿਨ ਕਰਕੇ ਦੇਖੋ ਭਾਜੀ 250 ਰੁਪਏ ਦੇ ਨਾਲ ਮੰਥਲੀ ਗੁਜ਼ਾਰਾ ਭਾਜੀ ਮੈਂ ਸੋਚ ਵੀ ਨਹੀਂ ਸਕਦਾ ਮੈਂ ਸਹੀ ਦੱਸਾਂ ਮੈਂ ਸੋਚ ਵੀ ਨਹੀਂ ਸਕਦਾ ਸ਼ਾਇਦ ਇਸ ਚੀਜ਼ ਨੂੰ ਕਿ ਭਾਜੀ ਅਸੀਂ ਜਦੋਂ ਆਪਾਂ ਬਾਹਰ ਜਾਂਦੇ ਹਾਂ ਅਗਰ ਮੈਂ ਨਿਊਜ਼ੀਲੈਂਡ ਦੀ ਗੱਲ ਨਾ ਕਰਾਂ ਇੰਡੀਆ ਦੀ ਗੱਲ ਕਰਾਂ ਅਗਰ ਆਪਾਂ ਬਾਹਰ ਜਾਂਦੇ ਹਾਂ ਆਪਾਂ ਮੈਕਡੋਨਲਡ ਜਾਂਦੇ ਹਾਂ ਆਪਾਂ ਪੀਜ਼ਾ ਲੈਂਦੇ ਹਾਂ ਭਾਜੀ 500,000 ਰੁਪਿਆ ਇੱਥੇ $50-100 ਅਸੀਂ ਏਦਾਂ ਹੀ ਆਪਣੇ ਡਿਨਰ ਤੇ ਸਪੈਂਡ ਕਰ ਜਾਂਦੇ ਹਾਂ ਜ਼ਰੂਰ ਬਿਲਕੁਲ ਬਿਲਕੁਲ ਜੀ ਏਦਾਂ ਹੀ ਕਰ ਸਕਦੇ ਹਾਂ ਪਰ ਅਸੀਂ ਨਹੀਂ ਚੀਜ਼ ਸੋਚਦੇ ਆ ਪਰ ਆਪਣੇ ਵੱਲੋਂ $10 ਸਮਝ ਲਓ ਅਸੀਂ ਇੱਕ ਵਾਰ ਦਾ ਬਰਗਰ ਨਹੀਂ ਖਾਧਾ ਠੀਕ ਹੈ ਉਹ ਕਿਤੇ ਡੋਨੇਟ ਕੀਤਾ ਕੀ ਪਤਾ ਕਿਸੇ ਜਿਹੜਾ ਕਿ ਕਈ ਦਿਨਾਂ ਤੋਂ ਭੁੱਖਾ ਉਹਦੇ ਢਿੱਡ ਭਰ ਦੇਵੇ ਅਲਗ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਮੈਂ ਵਾਕਈ ਰਿਅਲਾਈਜ਼ ਕਰ ਰਿਹਾ ਕਿ ਇੱਕ $10 ਮਤਲਬ ਕਈ ਵਾਰੀ $10 ਬਿਲਕੁਲ ਸ਼ਾਇਦ ਮਾਇਨੇ ਨਹੀਂ ਰੱਖਦਾ ਔਰ ਅਸੀਂ ਖਰਚ ਦਿੰਦੇ ਕਿਸੇ ਵੀ ਐਸੀ ਚੀਜ਼ ਜਿਹੜੀ ਕਿ ਜ਼ਰੂਰਤ ਦੀ ਵੀ ਨਹੀਂ ਹੁੰਦੀ ਔਰ ਹਰ ਹਫ਼ਤੇ ਕਈ ਐਸਾ ਕੁਛ ਖਰਚਾ ਹੁੰਦਾ ਤੇ ਜੇਕਰ ਅਸੀਂ ਥੋੜਾ ਥੋੜਾ ਜਿਹਾ ਕਰਕੇ ਕੁਛ ਕਰੀਏ ਤੇ ਕਈ ਲੋਕਾਂ ਦੇ ਕਈ ਮਹੀਨਿਆਂ ਦਾ ਖਰਚਾ ਭਾਜੀ ਪਹਿਲਾ ਕਦਮ ਚੱਕਣਾ ਪੈਂਦਾ ਸਹੀ ਗੱਲ ਬਿਲਕੁਲ ਜੀ ਦਰਿਆ ਜਿਹੜੇ ਆ ਨਾ ਦਰਿਆ ਵੀ ਭਾਜੀ ਜਦੋਂ ਛੁਕਦੇ ਦਰਿਆ ਬਣਦੇ ਆ ਨਾ ਉਹਦੇ ਚ ਕਈ ਨਦੀਆਂ ਕਈ ਨਾਲੇ ਆ ਕੇ ਜੁੜਦੇ ਆ ਤਾਂ ਉਹ ਦਰਿਆ ਬਣਦੇ ਆ ਬਿਲਕੁਲ ਜੀ ਤੇ ਅਸੀਂ ਦਰਿਆ ਬਣਨਾ ਭਾਜੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਮਾਨਵਤਾ ਦੀ ਅਸੀਂ ਮਦਦ ਕਰਨੀ ਜੀ ਅਸੀਂ ਇਨਸਾਨੀਅਤ ਲਈ ਕੁਛ ਕਰਨਾ ਇਸ ਲਈ ਸਾਨੂੰ ਭਾਜੀ ਹਰ ਧਰਮ ਦਾ ਬੰਦਾ ਸਾਡੇ ਨਾਲ ਵਲੰਟੀਅਰ ਹਰ ਧਰਮ ਦਾ ਬੰਦਾ ਸਾਡੇ ਲਈ ਡੋਨੇਸ਼ਨਸ ਭੇਜਦਾ ਕਿਉਂਕਿ ਅਸੀਂ ਸਿਰਫ ਇਨਸਾਨੀਅਤ ਦੀ ਮਦਦ ਕਰਨੀ ਹੈ ਸਾਨੂੰ ਜਿਹੜਾ ਜਦੋਂ ਤੁਸੀਂ ਜੁੜਨਾ ਹੈ ਭਾਜੀ ਤੁਸੀਂ ਪਹਿਲਾਂ ਸਾਡੇ ਫੇਸਬੁੱਕ ਪੇਜ ਤੇ ਜੁੜ ਦੋ ਤੁਸੀਂ ਇੱਥੇ ਨਿਊਜ਼ੀਲੈਂਡ ਦਾ ਹਰੇਕ ਵੀਡੀਓ ਦੇ ਪਿੱਛੇ ਇੱਥੇ ਜਿੱਥੇ ਜਿਸ ਜਿਸ ਕੰਟਰੀ ਚ ਰੀਪ੍ਰੈਜ਼ੈਂਟੇਟਿਵ ਹੈਗੇ ਆ ਉਹਨਾਂ ਦੇ ਨੰਬਰਸ ਆਨੇ ਆ ਉਹਨਾਂ ਨਾਲ ਕੰਟੈਕਟ ਕਰੋ ਉਹਨਾਂ ਨਾਲ ਕੰਟੈਕਟ ਕਰਕੇ ਤੁਹਾਨੂੰ ਅਕਾਊਂਟ ਨੰਬਰ ਉਸ ਦੇ ਉੱਤੇ ਡਿਸਪਲੇ ਹੈਗਾ ਹਰ ਵੀਡੀਓ ਦੇ ਬੈਕ ਸਾਈਡ ਤੇ ਤੇ ਉੱਥੋਂ ਤੁਹਾਨੂੰ ਮਿਲ ਸਕਦਾ ਤੇ ਇੱਥੇ ਦਾ ਨੰਬਰ ਮੈਂ ਬੋਲ ਦਿੰਦਾ 0204127553 ਇੱਥੇ ਦਾ ਜੋ ਨਿਊਜ਼ੀਲੈਂਡ ਦਾ ਨੰਬਰ ਹੈਗਾ ਬਿਲਕੁਲ ਮੈਂ ਇੱਕ ਕੰਮ ਕਰਾਂਗਾ ਮੈਂ ਤੁਹਾਡਾ ਨੰਬਰ ਨੋਟ ਕਰਕੇ ਇਹਨੂੰ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਪ੍ਰਮੋਟ ਕਰਾਂਗੇ ਥੈਂਕ ਯੂ ਤੇ ਜ਼ਰੂਰ ਤੇ ਇੱਥੇ ਰਿਪ੍ਰੈਜ਼ੈਂਟੇਟਿਵ ਹੁਣੇ ਲੇਕਿਨ ਤੁਸੀਂ ਰਿਪ੍ਰੈਜ਼ੈਂਟ ਕਰ ਰਹੇ ਹੋ ਜੀ ਤੇ ਇੱਕ ਵਾਰੀ ਨੰਬਰ ਆਪਣਾ ਦੁਬਾਰਾ ਬੋਲ ਦਿਓ ਜੀ 0204127553 ਬਹੁਤ ਬਹੁਤ ਸ਼ੁਕਰੀਆ ਸਰੋਤਿਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਨੰਬਰ ਔਰ ਇਹ ਸਾਰੀਆਂ ਡਿਟੇਲਸ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਪਾਵਾਂਗੇ ਔਰ ਜੇਕਰ ਤੁਸੀਂ ਇਹ ਡਿਟੇਲਸ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਔਰ ਇਹ ਡਿਟੇਲ ਸਾਡੇ ਆਫਿਸ ਤੋਂ ਸਾਡੇ ਸਟੂਡੀਓ ਤੋਂ ਵੀ ਲੈ ਸਕਦੇ ਹੋ ਤੁਸੀਂ ਸਾਨੂੰ ਟੋਲ ਫਰੀ ਨੰਬਰ ਤੇ ਕਾਲ ਕਰ ਸਕਦੇ ਹੋ 0508-0508-1113 ਜੀ ਦੋਸਤੋ 0508-1113 ਇਹ ਸਾਡੇ ਸਟੂਡੀਓ ਦਾ ਨੰਬਰ ਹੈ ਟੋਲ ਫਰੀ ਨੰਬਰ ਹੈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਔਰ ਤੁਸੀਂ ਹੁਣ ਵੀ ਕਿਉਂਕਿ ਹੋਰ ਥੋੜ੍ਹੀ ਦੇਰ ਸਾਡਾ ਸਾਥ ਰਹੇਗਾ ਨਵਜੋਤ ਜੀ ਨਾਲ ਔਰ ਇਸ ਆਰਗਨਾਈਜੇਸ਼ਨ ਦੇ ਬਾਰੇ 'ਚ ਕੁਛ ਹੋਰ ਵੀ ਗੱਲਾਂ ਕਰਾਂਗੇ ਤੁਸੀਂ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੈ ਤੁਹਾਡੇ ਦਿਲ 'ਚ ਕੋਈ ਵੀ ਐਸੀ ਗੱਲ ਹੈ ਕਿ ਤੁਸੀਂ ਪੁੱਛਣਾ ਚਾਹੁੰਦੇ ਹੋ ਕਲੈਰੀਫਾਈ ਕਰਨਾ ਚਾਹੁੰਦੇ ਹੋ ਜਿੰਨਾ ਕੁ ਮੈਨੂੰ ਸਮਝ ਆਇਆ ਮੈਂ ਆਪਣੇ ਤਰੀਕੇ ਨਾਲ ਉਹ ਸਾਰੀਆਂ ਕੁਐਸਚਨਸ ਤੁਹਾਨੂੰ ਪੁੱਛੇ ਨੇ ਔਰ ਜਾਣਨਾ ਚਾਹਿਆ ਕਿ ਤੁਸੀਂ ਕਿਸ ਤਰੀਕੇ ਨਾਲ ਆਪਰੇਟ ਕਰਦੇ ਹੋ ਲੇਕਿਨ ਜੇਕਰ ਤੁਹਾਡੇ ਕੋਲ ਕੋਈ ਹੈ ਮੈਸੇਜਸ ਤੁਸੀਂ ਪਲੀਜ਼ ਸਾਨੂੰ ਫੋਨ ਕਰੋ ਔਰ ਨਵਜੋਤ ਜੀ ਉਸ ਗੱਲ ਦਾ ਤੁਹਾਨੂੰ ਜਵਾਬ ਦੇਣਗੇ ਪੂਰਾ ਕਲੈਰੀਫਾਈ ਕਰਨਗੇ ਕਿ ਆਰਗਨਾਈਜੇਸ਼ਨ ਕਿਵੇਂ ਇਹ ਰਨ ਕਰ ਰਹੇ ਨੇ ਤਾਂ ਨਵਜੋਤ ਜੀ ਕੋਈ ਐਸਾ ਅਕਾਊਂਟ ਨੰਬਰ ਵੀ ਹੈ ਨਿਊਜ਼ੀਲੈਂਡ ਦੇ ਵਿੱਚ ਜਿਹਦੇ 'ਚ ਲੋਕ ਡੋਨੇਟ ਕਰ ਸਕਦੇ ਨੇ ਹਾਂਜੀ ਜੀ ਉਹਦਾ ਮੈਂ ਤੁਹਾਨੂੰ ਨੰਬਰ ਲਿਖਾ ਦੇਣਾ ਹਾਂਜੀ ਮੈਂ ਤੁਹਾਡੇ ਕੋਲੋਂ ਉਹ ਨੰਬਰ ਡਿਟੇਲਸ ਲੈ ਕੇ ਮੈਂ ਤੁਹਾਨੂੰ ਅਸੀਂ ਆਪਣੇ ਫੇਸਬੁੱਕ ਪੇਜ ਤੇ ਜ਼ਰੂਰ ਪਾਵਾਂਗੇ ਠੀਕ ਜੀ ਹੋਰ ਕੋਈ ਸੁਨੇਹਾ ਤੁਸੀਂ ਨਿਊਜ਼ੀਲੈਂਡ ਲਈ ਦੇਣਾ ਚਾਹੁੰਦੇ ਹੋ ਤਾਂ ਕਿ ਨਿਊਜ਼ੀਲੈਂਡ ਤੁਹਾਨੂੰ ਸਪੋਰਟ ਕਰੇ ਨਿਊਜ਼ੀਲੈਂਡ ਦੇ ਲੋਕ ਤੁਹਾਨੂੰ ਸਪੋਰਟ ਕਰੇ ਭਾਜੀ ਨਿਊਜ਼ੀਲੈਂਡ ਬਹੁਤ ਸੋਹਣਾ ਦੇਸ਼ ਹੈ ਤੇ ਇੱਥੇ ਦੇ ਲੋਕ ਵੀ ਬਹੁਤ ਸੋਹਣੇ ਨੇ ਦਿਲਾਂ ਤੋਂ ਬਹੁਤ ਸੋਹਣੇ ਨੇ ਜੀ ਜੋ ਮੈਂ
ਟਾਕਾ ਨੇ ਨੀ ਗੁਰਦੁਆਰਾ ਸਾਹਿਬ ਜਾ ਕੇ ਦੀਵਾਲੀ ਤੇ ਗਿਆ ਸੀ ਤੇ ਮੈਂ ਦੇਖਿਆ ਵੀ ਇੱਥੇ ਆਪਣੇ ਪੰਜਾਬੀ ਬਹੁਤ ਅੱਛੀ ਮੱਲਾਂ ਮਾਰੀਆਂ ਲੋਕਾਂ ਨੇ ਤੇ ਮੈਂ ਸਿਰਫ ਇੱਕੋ ਸੁਨੇਹਾ ਦੇਣਾ ਚਾਹੁੰਦਾ ਜੋ ਮੈਂ ਜਿਸ ਤਰੀਕੇ ਨਾਲ ਮੇਰੀ ਸੋਚ ਹੈਗੀ ਹੈ ਮੈਂ ਉਸ ਤਰੀਕੇ ਦਾ ਹੀ ਸੁਨੇਹਾ ਦੇਵਾਂਗਾ ਵੀ ਆਪਾਂ ਜੁੜ ਕੇ ਅਸੀਂ ਆਪਣੇ ਘਰ ਲਈ ਆਪਣੇ ਪਰਿਵਾਰ ਲਈ ਬਹੁਤ ਕੁਛ ਕਰ ਰਹੇ ਹਾਂ ਮੈਂ ਗੁਸਤਾਖੀ ਮਾਫ ਇੱਕ ਮਿੰਟ ਵਿੱਚ ਰੋਕਾਂਗਾ ਸਾਨੂੰ ਇੱਕ ਕਾਲ ਆ ਰਹੀ ਹੈ ਠੀਕ ਹੈ ਜੀ ਸਪੀਕਰ ਲਾ ਲਓ ਸਤਿ ਸ਼੍ਰੀ ਅਕਾਲ ਜੀ ਰੇਡੀਓ ਸਾਡੇ ਵਾਲਾ ਜੀ ਜੀ ਹਾਂਜੀ ਪੁੱਛੇ ਜ਼ਰੂਰ ਸਰ ਜ਼ਰੂਰ ਜੀ ਨਵਜੋਤ ਜੀ ਹਮਾਰੇ ਸਾਥ ਹੀ ਹੈ ਵੋ ਇਸ ਬਾਤ ਕਾ ਜਵਾਬ ਦੇਂਗੇ ਜੀ ਜੀ ਮੈਂ ਬਤਾਨਾ ਚਾਹਤਾ ਹੂੰ ਆਪਕੋ ਵੀ ਜੇ ਜੋ ਇੰਸਪੀਰੇਸ਼ਨ ਹੈ ਯੇ ਸਿਰਫ ਭਗਵਾਨ ਦੇਤਾ ਹੈ ਜੀ ਔਰ ਜਬ ਹਮ ਕਿਸੀ ਕੇਸ ਕੇ ਲੀਏ ਜਾਤੇ ਹੈ ਤੋ ਜੋ ਵਹਾਂ ਪੇ ਹਮੇਂ ਦਵਾਈ ਮਿਲਤੀ ਹੈ ਵੋ ਹਮੇਂ ਬਹੁਤ ਇੰਸਪੀਰੇਸ਼ਨ ਦੇਤੀ ਹੈ ਔਰ ਕਿਸੀ ਵੀ ਕੇਸ ਕੇ ਲੀਏ ਪੈਸਾ ਕੈਸੇ ਇਕੱਠਾ ਹੋਤਾ ਹੈ ਹਮੇਂ ਆਜ ਤੱਕ ਨਹੀਂ ਪਤਾ ਭਗਵਾਨ ਆਪਣੇ ਆਪ ਕਰਤਾ ਹੈ ਔਰ 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 ਆਪਕਾ ਕਿਆ ਸਵਾਲ ਥਾ ਜੀ ਹਾਂ ਨਹੀਂ ਜੀ ਹਮਾਰੀ ਕੋਈ ਡਿਸਟ੍ਰੀਬਿਊਸ਼ਨ ਨਹੀਂ ਹੈ ਵੈਸੇ ਹਮਾਰੇ ਪਾਸ ਹਮਾਰੇ ਸਾਥ ਲੋਕ ਦੁਨੀਆ ਭਰ ਸੇ ਜੁੜੇ ਹੋਏ ਹੈ ਪਰ ਇਸਮੇ ਯੇ ਚੀਜ਼ ਹੈ ਵੀ ਹਮ ਚੰਡੀਗੜ੍ਹ ਪੰਜਾਬ ਮੇ ਹੈ ਜੀ ਪੰਜਾਬ ਕੇ ਚੰਡੀਗੜ੍ਹ ਕੇ ਸਰਾਊਂਡਿੰਗ ਕਾਮ ਕਰਤੇ ਹੈ ਪਰ ਅਗਰ ਜੈਸੇ ਹਮਾਰੇ ਪਿੱਛੇ ਹਮੇ ਜੇ ਐਂਡ ਕੇ ਸੇ ਕੇਸ ਆਇਆ ਤਾਂ ਹਮ ਜਾ ਕੇ ਹਮ ਜੰਮੂ ਮੇ ਵੀ ਕੇਸ ਕਰਕੇ ਆਏ ਤੋ ਯੇ ਚੀਜ਼ ਚਲਤੀ ਰਹਿਤੀ ਹੈ ਵੀ ਹਮਾਰੇ ਕੋਈ ਬਾਰਡਰਸ ਨਹੀਂ ਹੈ ਜੀ ਵੀ ਹਮ ਉਸ ਬਾਰਡਰ ਏਰੀਏ ਮੇ ਹੀ ਕਾਮ ਕਰੇਂਗੇ ਯਾ ਉਸੀ ਟੈਰੀਟਰੀ ਮੇ ਕਾਮ ਕਰੇਂਗੇ ਹਮਾਰੇ ਲੀਏ ਇਨਸਾਨ ਇਨਸਾਨੀਅਤ ਸਬਸੇ ਬੜੀ ਚੀਜ਼ ਹੈ ਜੀ ਔਰ ਹਮ ਜਿਸ ਜਹਾਂ ਪੇ ਵੀ ਹਮੇ ਕੋਈ ਲਗੇਗਾ ਵੀ ਅਪੀਲਿੰਗ ਯਾ ਹਮੇ ਯਹਾਂ ਪੇ ਜ਼ਰੂਰਤ ਹੈ ਤਾਂ ਵਹਾਂ ਪੇ ਜ਼ਰੂਰ ਜਾਏਂਗੇ ਜੀ ਆਪਕਾ ਨਾਮ ਕਿਆ ਹੈ ਰਾਜ ਰਾਜ ਜੀ ਬਹੁਤ ਬਹੁਤ ਸ਼ੁਕਰੀਆ ਆਪਨੇ ਫੋਨ ਕੀਆ ਔਰ ਹਮੇ ਬੜੀ ਖੁਸ਼ੀ ਹੋਈ ਕਿ ਆਪ ਪੰਜਾਬੀ ਰੇਡੀਓ ਕੋ ਵੀ ਸੁਣ ਕੇ ਉਸ ਪੇ ਜੋ ਯੇ ਚੱਲ ਰਹਾ ਹੈ ਇੰਟਰਵਿਊ ਆਪਨੇ ਉਸ ਮੇ ਸਵਾਲ ਪੁੱਛਾ ਬਹੁਤ ਬਹੁਤ ਖੁਸ਼ੀ ਹੋਈ ਹਮੇ ਥੈਂਕ ਯੂ ਰਾਜ ਜੀ ਥੈਂਕ ਯੂ ਸੋ ਮਚ ਥੈਂਕ ਯੂ ਰਾਜ ਜੀ ਥੈਂਕ ਯੂ ਸੋ ਮਚ ਫੋਰ ਬਲੇਸਿੰਗਸ ਥੈਂਕ ਯੂ ਸੋ ਦੋਸਤੋ ਜੇਕਰ ਤੁਸੀਂ ਵੀ ਆਪਣਾ ਕੋਈ ਵੀ ਸਵਾਲ ਹੈ ਤੁਹਾਡੇ ਦਿਲ ਵਿੱਚ ਤੁਸੀਂ ਪੁੱਛਣਾ ਚਾਹੁੰਦੇ ਹੋ ਇਸ ਆਰਗੇਨਾਈਜੇਸ਼ਨ ਦੇ ਬਾਰੇ ਸਰਵ ਹਿਊਮੈਨਿਟੀ ਸਰਵ ਗੋਡ ਸਰਬੱਤ ਦਾ ਭਲਾ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਨੰਬਰ ਹੈ 0508111313 0508111313 ਸੋ ਅਸੀਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂਗੇ ਨਵਜੋਤ ਜੀ ਕੁਛ ਹੋਰ ਡਿਟੇਲਸ ਵੀ ਤੁਹਾਡੇ ਨਾਲ ਗੱਲਾਂ ਕਰਾਂਗੇ ਮੈਂ ਖਿਆਲ ਹੁਣ ਸ਼ਾਇਦ ਕੁਛ ਮਨੋਰੰਜਨ ਵੀ ਕਰੀਏ ਜ਼ਰੂਰ ਭਾਜੀ ਜ਼ਰੂਰ ਹਾਂਜੀ ਮਨੋਰੰਜਨ ਤੋਂ ਪਹਿਲਾਂ ਅਸੀਂ ਇੱਕ ਛੋਟੀ ਜੀ ਥੈਂਕ ਯੂ ਜੀ ਤੇ ਇੱਕ ਛੋਟੀ ਜੀ ਭੇਟ ਸਾਡੇ ਵੱਲੋਂ ਰੇਡੀਓ ਸਾਡੇ ਵਾਲਾ ਦੀ ਟੀਮ ਵੱਲੋਂ ਤੁਹਾਨੂੰ ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਇਸ ਰੇਡੀਓ ਤੇ ਆਏ ਹੋ ਔਰ ਤੁਸੀਂ ਆਪਣੀ ਸੁਨੇਹਾ ਜਿਹੜਾ ਹੈਗਾ ਤੁਸੀਂ ਆਪਣਾ ਜਿਹੜਾ ਮਕਸਦ ਲਾਈਫ ਦਾ ਚੇਂਜ ਕਰ ਲਿਆ ਉਸ ਮਕਸਦ ਨੂੰ ਸਾਡੇ ਨਾਲ ਸਾਂਝਾ ਕੀਤਾ ਔਰ ਤੁਸੀਂ ਸਹੀ ਮੰਨੋ ਸ਼ਾਇਦ ਅੱਜ ਸਟੂਡੀਓ 'ਚ ਬੈਠੇ ਸਾਰੇ ਅਸੀਂ ਇਹ ਬੰਦੇ ਜਿਹੜੇ ਕਿ ਵੀਡੀਓ ਬਣਾ ਰਹੇ ਨੇ ਜਾਂ ਸਾਡੇ ਇੱਥੇ ਖੜੇ ਨੇ ਔਰ ਸਾਰਿਆਂ ਨੂੰ ਕੋਈ ਇੱਕ ਇੰਸਪੀਰੇਸ਼ਨ ਮਿਲੀ ਹੈ ਇੱਕ ਐਸੀ ਇੰਸਪੀਰੇਸ਼ਨ ਮਿਲੀ ਹੈ ਕਿ ਬਈ ਅਸੀਂ ਬਿਲਕੁਲ ਕਹਿੰਦੇ ਨਾ ਲਾਈਫ ਚੇਂਜਿੰਗ ਇੱਕ ਐਕਸਪੀਰੀਅੰਸ ਰਿਹਾ ਬਹੁਤ ਖੁਸ਼ੀ ਹੋਈ ਸਾਨੂੰ ਕਿ ਤੁਸੀਂ ਜੁੜੇ ਹੋ ਸਾਡੇ ਨਾਲ ਅੱਜ ਆਏ ਹੋ ਤੁਸੀਂ ਇੱਥੇ ਭਾਜੀ ਅਗਰ ਆਪਾਂ ਇਸ ਪਾਸੇ ਸੋਚਣਾ ਸ਼ੁਰੂ ਕਰਾਂਗੇ ਨਾ ਤਾਂ ਇਹ ਇੰਸਪੀਰੇਸ਼ਨ ਤੁਹਾਨੂੰ ਰੋਜ਼ ਆਏਗੀ ਭਾਜੀ ਹਰ ਰੋਜ਼ ਹਰ ਇੱਕ ਸਮਾਂ ਇੱਕ ਕਿਸ਼ਣ ਕਿਸ਼ਣ ਤੁਹਾਨੂੰ ਇਨਸਪੀਰੇਸ਼ਨ ਮਿਲੇਗੀ ਪੋਜ਼ਿਟਿਵ ਇਨਸਪੀਰੇਸ਼ਨ ਇਹ ਜਦੋਂ ਆਪਾਂ ਇਸ ਪਾਸੇ ਨੂੰ ਸੋਚਣਾ ਸ਼ੁਰੂ ਕਰਦੇ ਨਾ
ਤਦ ਇਹ ਚੀਜ਼ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ। ਜਦੋਂ ਅਸੀਂ ਇਸ ਪਾਸੇ ਤੁਰੇ ਸੀਗੇ ਭਾਜੀ, ਉਸ ਟਾਈਮ ਅਸੀਂ ਬਹੁਤ ਪ੍ਰਭਾਵਿਤ ਸੀਗੇ ਪੂਰਨ ਭਗਤ ਪੂਰਨ ਜੀ। ਮੈਂ ਤੁਹਾਨੂੰ ਜ਼ਰੂਰ ਕਹਿੰਦਾ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਪੜ੍ਹੋ, ਆਪਣੀ ਸੋਚ ਬਹੁਤ ਬਦਲੇਗੀ ਭਾਜੀ, ਬਹੁਤ ਬਦਲੇਗੀ। ਸਾਨੂੰ ਜ਼ਿੰਦਗੀ ਦਾ ਜੀਣ ਦਾ ਅਸੀਂ ਕੀ ਕਰਨ ਆਏ ਹਾਂ ਸਾਨੂੰ ਮਹੱਤਵ ਪਤਾ ਲੱਗੇਗਾ, ਸਾਡੀ ਜ਼ਿੰਦਗੀ ਦਾ ਕੀ ਮਹੱਤਵ ਹੈ। ਅਗਰ ਰੱਬ ਸਾਨੇ ਸਾਨੂੰ ਛੱਤ ਦਿੱਤੀ ਹੈ, ਸਾਨੂੰ ਕਾਰੋਬਾਰ ਦਿੱਤਾ ਹੈ, ਸਾਨੂੰ ਬਿਜ਼ਨਸ ਦਿੱਤਾ, ਸਾਡੇ ਘਰ ਸਾਡੀ ਔਲਾਦ ਸੁਖੀ ਹੈ, ਸਾਡੇ ਮਾਂ ਬਾਪ ਸੁਖੀ ਹੈ, ਸਾਡਾ ਇੱਕ ਆਪਦਾ ਸਰਕਲ ਸੁਖੀ ਹੈ, ਅਸੀਂ ਆਪ ਬਹੁਤ ਵਧੀਆ ਹੈ, ਸਾਡਾ ਇੱਕ ਫਰਜ਼ ਹਿਊਮੈਨਿਟੀ ਪ੍ਰਤੀ ਬਣਦਾ, ਕਿਉਂਕਿ ਅਸੀਂ ਇੰਟਰਲਿੰਕਡ ਹੈ, ਹਰ ਇੱਕ ਅਸੀਂ ਇੱਕ ਦੂਜੇ ਨਾਲ ਭਾਜੀ ਜੁੜੇ ਹੋਏ ਹਾਂ। ਅਗਰ ਪਰਮਾਤਮਾ ਨੇ ਬਣਾਉਣ ਵਾਲੇ ਨੇ ਮਰਦ ਔਰਤ ਬਣਾਇਆ, ਚਾਹੇ ਉਹ ਅਮੈਰੀਕਾ ਬੈਠਾ, ਚਾਹੇ ਉਹ ਕੈਨੇਡਾ ਬੈਠਾ, ਚਾਹੇ ਉਹ ਗੋਰਾ, ਚਾਹੇ ਉਹ ਕਾਲਾ, ਚਾਹੇ ਉਹ ਬਰਾਊਨ ਹੈ, ਚਾਹੇ ਉਹ ਚਾਈਨੀਜ਼ ਹੈ, ਕੋਈ ਵੀ ਹੈ ਭਾਜੀ, ਪਰ ਹੈ ਤਾਂ ਮਰਦ ਤੇ ਔਰਤ, ਇਨਸਾਨ ਤਾਂ ਹੈ। ਬਿਲਕੁਲ, ਅਸੀਂ ਆਪਸ ਦੇ ਵਿੱਚ ਇੰਟਰਲਿੰਕਡ ਹੈ, ਉਸ ਬਣਾਉਣ ਵਾਲੇ ਨੇ ਸਾਨੂੰ ਜੋੜਿਆ, ਇਨਸਾਨੀਅਤ ਨੂੰ ਜੋੜਿਆ, ਅਸੀਂ ਇਨਸਾਨੀਅਤ ਲਈ ਕੁਛ ਕਰਨਾ ਹੈ। ਜ਼ਰੂਰ ਜੀ, ਇਹ ਸੋਚ ਬਦਲਣੀ ਸ਼ੁਰੂ ਹੋ ਜਾਂਦੀ ਹੈ ਭਾਜੀ, ਇਹ ਸੋਚ ਫਿਰ ਬਹੁਤ ਪਰਮਾਤਮਾ ਤੁਹਾਡੀ ਇਹ ਸੋਚ ਦੇ ਅਕੋਰਡਿੰਗ ਤੁਹਾਨੂੰ ਚਲਾਉਣਾ ਸ਼ੁਰੂ ਕਰਦਾ, ਤੁਹਾਨੂੰ ਰਸਤੇ ਦਿਖਾਉਣੇ ਸ਼ੁਰੂ ਕਰ ਦਿੰਦਾ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਇੱਕ ਕੰਮ ਕਰਨੇ ਆ ਜੀ, ਅਸੀਂ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂਗੇ, ਤੁਸੀਂ ਜੁੜੇ ਰਹਿਣਾ ਸਾਡੇ ਨਾਲ, ਅਸੀਂ ਕੁਛ ਹੋਰ ਗੱਲਾਂ ਵੀ ਕਰਾਂਗੇ। ਜੇਕਰ ਸਾਡੇ ਕੋਲ ਕੋਈ ਫੋਨ ਕਾਲਸ ਆਉਂਦੀਆਂ ਨੇ, ਕੋਈ ਵੀ ਸਰੋਤਿਆਂ ਦੀ ਕੋਈ ਵੀ ਕੁਐਰੀ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨਗੇ। ਥੋੜਾ ਜਿਹਾ ਇੱਕ ਬ੍ਰੇਕ ਲੈਂਦੇ ਹਾਂ। ਮੈਂ ਸਾਡਾ ਸਾਡੇ ਵਾਲੇ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ, ਡਾਇਰੈਕਟਰ ਸਾਹਿਬ ਦਾ, ਜਿਨ੍ਹਾਂ ਨੇ ਬਹੁਤ 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 ਥੈਂਕਸ ਹੈ ਜੀ। ਮੇਰੇ ਖਿਆਲ ਉਹਨਾਂ ਵੱਲੋਂ ਮੈਸੇਜ ਇਹ ਹੈਗਾ ਜੀ ਕਿ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਸਾਨੂੰ ਮੌਕਾ ਦਿੱਤਾ, ਸਾਡੇ ਕੋਲ ਇੱਥੇ ਅੱਜ ਆਏ ਹੋ ਔਰ ਸਾਨੂੰ ਇੱਕ ਬੜਾ ਅੱਛਾ ਇੱਕ ਚਾਨਣਾ ਪਾਇਆ ਕਿ ਜਿਸ ਬਾਰੇ 'ਚ ਅਸੀਂ ਸ਼ਾਇਦ ਸੋਚਿਆ ਵੀ ਨਹੀਂ ਸੀਗਾ, ਕਿਉਂਕਿ ਸਹੀ ਮੰਨੋ ਅਸੀਂ ਇੱਥੇ ਰਹਿ ਰਹੇ ਹਾਂ, ਸ਼ਾਇਦ ਉਹ ਮਜਬੂਰੀਆਂ ਅਸੀਂ ਨਹੀਂ ਦੇਖ ਪਾਉਂਦੇ ਜੋ ਤੁਸੀਂ ਉੱਥੇ ਲਾਈਵ ਦੇਖੀਆਂ ਨੇ, ਲੋਕਾਂ ਦੀਆਂ ਪੀ ਜੀ ਆਈ ਦਾ ਐਕਸਪੀਰੀਅੰਸ ਤੁਸੀਂ ਦੱਸਿਆ, ਲੋਕਾਂ ਦਾ ਬੱਚਿਆਂ ਦਾ ਐਕਸਪੀਰੀਅੰਸ ਦੱਸਿਆ ਕਿ ਅਨਾਥ ਹੋ ਗਏ ਔਰ ਪੜ੍ਹਾਈ ਵਾਸਤੇ ਪੈਸੇ ਨਹੀਂ ਹੈਗੇ। ਸੋ ਸ਼ਾਇਦ ਅਸੀਂ ਆਪਣੇ ਕੰਮ ਕਾਰ ਵਿੱਚ ਇੰਨੇ ਬਿਜ਼ੀ ਹੋ ਗਏ ਹਾਂ ਕਿ ਅਸੀਂ ਇਸ ਚੀਜ਼ ਨੂੰ ਇਗਨੋਰ ਕਰਦੇ, ਲੇਕਿਨ ਤੁਹਾਡੇ ਜੁੜਨ ਨਾਲ ਸ਼ਾਇਦ ਸਾਨੂੰ ਇੱਕ ਇਨਸਪੀਰੇਸ਼ਨ ਮਿਲੀ ਹੈ। ਸਾਡੇ ਨਾਲ ਭਾਜੀ ਜੋ ਸਾਡੇ ਵਲੰਟੀਅਰ, ਸਾਡੇ ਟੀਮ ਸਿਆਟਲ 'ਚ ਹੈਗੇ ਹੈ, ਆਸਟ੍ਰੇਲੀਆ ਹੈਗੇ ਹੈ, ਉੱਥੋਂ ਦੇ ਵਲੰਟੀਅਰਸ ਭਾਜੀ ਇਹ ਐਕਸਪੀਰੀਅੰਸ ਲੈਣ ਲਈ ਇੰਡੀਆ ਆਉਂਦੇ ਨੇ। ਦੋ ਵਾਰੀ ਆ ਚੁੱਕੇ ਆ ਭਾਜੀ, ਅਲੱਗ ਅਲੱਗ ਟੀਮ ਚੋਂ ਬੰਦੇ ਆ ਚੁੱਕੇ ਆ। ਉਹ ਪੀ ਜੀ ਆਈ ਦੇ ਵਿੱਚ ਉਹ ਜਿੱਦਾਂ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ, ਵੀਡੀਓਜ਼ ਦੇਖਦੇ ਆ, ਤੇ ਜੋ ਐਕਸਪੀਰੀਅੰਸ ਗਰਾਊਂਡ ਟੀਮ ਨੂੰ ਹੈ ਨਾ ਭਾਜੀ, ਤੁਹਾਨੂੰ ਉਹ ਐਕਸਪੀਰੀਅੰਸ ਇੱਕ ਵਾਰੀ ਆ ਕੇ ਕਰਨਾ ਪੈਣਾ। ਜ਼ਰੂਰ ਜ਼ਰੂਰ ਕਰਾਂਗੇ, ਤੁਸੀਂ ਜ਼ਰੂਰ, ਤੁਹਾਡੀ ਤੁਹਾਡੀ ਟੀਮ 'ਚ ਕੋਈ ਇੱਕ ਬੰਦਾ ਆਵੇ, ਤੁਹਾਨੂੰ ਪਤਾ ਲੱਗੇ ਵੀ ਆਪਾਂ ਜਿਸ ਐਂਗਲ ਤੋਂ ਦੁਨੀਆਂ ਨੂੰ, ਉਸ ਦੁਨੀਆਂ ਨੂੰ ਦੇਖਿਆ ਹੀ ਨਹੀਂ ਹੈ, ਉਸ ਦੁਨੀਆਂ ਨੂੰ ਕਿੰਨੀ ਕੁ ਲੋੜ ਹੈ ਸਾਡੀ। ਉਹ ਐਕਸਪੀਰੀਅੰਸ ਜਦੋਂ ਤੁਸੀਂ ਆਪਣੀ ਅੱਖੀ ਦੇਖੋਗੇ ਤੇ ਤੁਹਾਡਾ ਰੋਮ ਰੋਮ ਮਹਿਸੂਸ ਕਰੂਗਾ, ਉਸ ਐਕਸਪੀਰੀਅੰਸ ਦਾ ਤੁਹਾਨੂੰ ਤਦ ਪਤਾ ਲੱਗੇਗਾ। ਜੋ ਮੈਂ ਗੱਲਾਂ ਦੱਸ ਰਿਹਾ ਭਾਜੀ, ਇਸ ਤੋਂ 1000 ਟਾਈਮਸ ਮੋਰ ਉਹ ਐਕਸਪੀਰੀਅੰਸ ਗਰਾਊਂਡ ਟੀਮ ਕਰਦੀ ਹੈ, ਹਰ ਰੋਜ਼ ਕਰਦੀ ਹੈ। ਸਾਰੇ ਲਈ ਜਿਹੜੇ ਵੀ ਸੁਣ ਰਹੇ ਨੇ, ਬਹੁਤ ਵਧੀਆ ਲੱਗਿਆ ਕਿ ਤੁਸੀਂ ਇਹ ਜੋ ਇਹ ਕੰਮ ਕਰ ਰਹੇ ਹੋ, ਬਹੁਤ ਖੁਸ਼ੀ ਹੋਈ ਸਾਨੂੰ। ਸੋ ਅਸੀਂ ਤੁਹਾਨੂੰ ਥੋੜਾ ਜਿਹਾ ਬ੍ਰੇਕ ਦਿੰਦੇ ਹਾਂ, ਕੁਛ ਲੋਕਾਂ ਨੂੰ ਸਰੋਤਿਆਂ ਨੂੰ ਗੀਤ ਸੰਗੀਤ ਦਾ ਵੀ ਐਂਟਰਟੇਨਮੈਂਟ ਕਰਨੇ ਆ, ਔਰ ਫਿਰ ਕੁਛ ਹੋਰ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਲਵਾਂਗੇ, ਕਿਉਂਕਿ ਵਟਸਐਪ ਤੇ ਮੈਂ ਹੁਣੇ ਚੈੱਕ ਕਰ ਰਿਹਾ ਸੀਗਾ ਕੁਛ ਕੁਐਸਚਨ ਆ ਰਹੇ ਨੇ, ਸੋ ਇਸ ਤੋਂ ਬਾਅਦ ਫਿਰ ਅਸੀਂ ਉਹ ਵੀ ਕੰਟੀਨਿਊ ਕਰਾਂਗੇ। ਸੋ ਦੋਸਤੋ, ਸੁਣ ਰਹੇ ਹੋ ਤੁਸੀਂ 87.8 ਰੇਡੀਓ ਸਾਡੇ ਨਾਲ, ਔਰ ਸਾਡੇ ਨਾਲ ਹੈਗੇ ਨੇ ਨਵਜੋਤ ਭਾਜੀ, ਜਿਹੜੇ ਕਿ ਸਰਵ ਹਿਊਮੈਨਿਟੀ ਸਰਵ ਗੋਡ ਸਰਬੱਤ ਦਾ ਭਲਾ, ਇੱਕ ਚੈਰੀਟੇਬਲ ਔਰਗਨਾਈਜੇਸ਼ਨ ਜਿਹੜੀ ਕਿ ਬਹੁਤ ਲੋਕਾਂ ਦੀ ਮਦਦ ਕਰ ਰਹੀ ਹੈ, ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹੈ, ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇੰਸਪੀਰੇਸ਼ਨਲ ਲੱਗੀ ਹੈ ਉਹ ਇਹ ਹੈਗੀ ਹੈ ਕਿ ਸਾਰੇ ਇਹਨਾਂ ਦੇ ਵਾਲੰਟੀਅਰ, ਸਾਰੇ ਜਿੰਨੇ ਵੀ ਕੰਮ ਕਰਨ ਵਾਲੇ ਨੇ, ਉਹ ਸਭ ਵਾਲੰਟੀਅਰ ਨੇ, ਕੋਈ ਇੱਕ ਪੈਸਾ ਨਹੀਂ ਲੈਂਦਾ। ਸੋ ਇਹ ਬਹੁਤ ਅੱਛਾ ਲੱਗਿਆ ਮੈਨੂੰ, ਵਾਕਈ ਇਹ ਮਹਿਸੂਸ ਹੋ ਰਿਹਾ ਕਿ ਜੇਕਰ ਮੈਂ ਆਪਣਾ ਦਸਵੰਧ ਜਾਂ ਕੋਈ ਵੀ ਆਪਣਾ ਦਸਵੰਧ ਇਹਨਾਂ ਨਾਲ ਇਹਨਾਂ ਦੀ ਔਰਗਨਾਈਜੇਸ਼ਨ ਨੂੰ ਦੇਵੇ, ਤਾਂ ਵਾਕਈ ਪੂਰਾ ਦਸਵੰਧ ਸਹੀ ਜਗ੍ਹਾ 'ਤੇ ਲੱਗ ਰਿਹਾ। ਸੋ ਇਸ ਗੱਲ 'ਤੇ ਮੈਨੂੰ ਬਹੁਤ ਖੁਸ਼ੀ ਹੈ। ਦੋਸਤੋ, ਜੁੜੇ ਰਹਿਣਾ ਸਾਡੇ ਨਾਲ 87.8। ਥੋੜਾ ਜਿਹਾ ਤੁਹਾਨੂੰ ਹੁਣ ਗੀਤ ਸੰਗੀਤ ਵੀ ਸੁਣਾਉਂਦੇ ਹਾਂ, ਔਰ
ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਨਵਜੋਤ ਜੀ ਨਾਲ ਹੋਰ ਗੱਲਾਂ ਕਰਾਂਗੇ।